ਸਵਾਗਤ ਹੈ ਪੀਡੀਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਪੰਜਾਬ ਦੇ ਵਿੱਚ ਮੰਗਲਵਾਰ ਦਾ ਦਿਨ ਸਿਆਸੀ ਸਰਗਰਮੀਆਂ ਦਾ ਕੇਂਦਰ ਰਿਹਾ ਖਾਸ ਕਰਕੇ ਕਾਂਗਰਸ ਪਾਰਟੀ ਵੱਲੋਂ ਬਠਿੰਡਾ ਚ ਰੈਲੀ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਚ ਰੈਲੀ ਕੀਤੀ ਹੈ ਆਮ ਆਦਮੀ ਪਾਰਟੀ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤੇ ਨੇ ਔਰ ਕੁਝ ਹੋਰ ਸੰਸਥਾਵਾਂ ਵੀ ਅੱਜ ਦੇ ਦਿਨ ਐਕਟਿਵ ਰਹੀਆਂ ਨੇ ਉਹਨਾਂ ਨੇ ਆਪਣੇ ਆਪਣੇ ਤਰੀਕੇ ਨਾਲ ਆਪਣੀਆਂ ਗਤੀਵਿਧੀਆਂ ਨੂੰ ਅੱਗੇ ਵਡਾਵਾ ਦਿੱਤਾ ਹੈ ਸੋ ਕੁੱਲ ਮਿਲਾ ਕੇ ਇਹਨਾਂ ਸਿਆਸੀ ਰੈਲੀਆਂ ਦਾ ਮਕਸਦ ਕੀ ਸੀ ਇਸ ਦੇ ਪ੍ਰਭਾਵ ਕੀ ਨੇ ਔਰ ਬੜੇ سارے ਸਵਾਲ ਜਿਹੜੀਆਂ ਇਹ ਸਿਆਸੀ ਰੈਲੀਆਂ ਅੱਜ ਛੱਡ ਕੇ ਗਈਆਂ ਨੇ ਅਸੀਂ ਇੱਕ ਪੈਨਲ ਦੇ ਰੂਪ ਵਿੱਚ ਐਨਾਲਿਸਿਸ ਕਰਨ ਦੇ ਲਈ ਦਰਸ਼ਕਾਂ ਦੇ ਸਾਹਮਣੇ ਹਾਜ਼ਰਾਂ ਇੰਟਰੋਡਕਸ਼ਨ ਕਰਵਾਵਾਂਗੇ ਆਪਣੇ ਮਹਿਮਾਨਾਂ ਦੀ ਸਾਡੇ ਨਾਲ ਵਿਰਸਾ ਸਿੰਘ ਬਲਟੋਆ ਸਾਹਿਬ ਸ਼੍ਰੋਮਣੀ ਅਕਾਲੀ ਦਲ ਤੋਂ ਗੁਰਵਿੰਦਰ ਸਿੰਘ ਬਾਲੀ ਸਾਹਿਬ ਕਾਂਗਰਸ ਪਾਰਟੀ ਤੋਂ ਸਾਡੇ ਨਾਲ ਆਰ ਆਰ ਭਾਰਦवाज ਸਾਹਿਬ ਆਮ ਆਦਮੀ ਪਾਰਟੀ ਤੋਂ ਔਰ ਬਲਜੀਤ ਬੱਲੀ ਜੀ ਸੀਨੀਅਰ ਜਰਨਲਿਸਟ ਇਸ ਪੂਰੇ ਰੈਲੀਆਂ ਤੇ ਅੱਜ ਦੀ ਸਿਆਸਤ ਤੇ ਐਨਾਲਿਸਿਸ ਕਰਨ ਦੇ ਲਈ ਪਹਿਲਾ ਕਮੈਂਟ ਬੱਲੀ ਸਾਹਿਬ ਤੁਹਾਡੇ ਤੋਂ ਪਹਿਲਾ ਐਨਾਲਿਸਿਸ ਕੀ ਹੈ ਜੋ ਬੜੇ ਦਿਨਾਂ ਦਾ ਇੱਕ ਕੀ ਕਹਿੰਦੇ ਐ ਵੀ ਇੱਕ ਬਣਿਆ ਹੋਇਆ ਸੀ ਪ੍ਰਭਾਵ ਵੀ 15 ਦਸੰਬਰ ਦਾ ਦਿਨ ਰੈਲੀਆਂ ਹੋਣੀਆਂ ਸੋ ਅੱਜ ਫਾਈਨਲੀ ਰੈਲੀਆਂ ਹੋ ਵੀ ਗਈਆਂ ਤੁਸੀਂ ਪਰਫਾਰਮੈਂਸ ਵੀ ਦੇਖ ਲਈ ਸੋ ਤੁਸੀਂ ਬਤੌਰ ਜਰਨਲਿਸਟ ਕਿਵੇਂ ਜਜ ਕਰਦੇ ਹੋ ਅਗਰ ਮੈਂ ਅਕਾਲੀ ਦਲ ਕਾਂਗਰਸ ਔਰ ਆਮ ਆਦਮੀ ਪਾਰਟੀ ਤਿੰਨਾਂ ਦੀ ਗੱਲ ਕਰਾਂ ਤੇ ਦੇਖੋ ਦੋ ਜਿਹੜੀਆਂ ਵੱਡੀਆਂ ਰੈਲੀਆਂ ਦਾ ਦੋ ਸੀਗੀਆਂ ਜੀ ਕਾਂਗਰਸ ਪਾਰਟੀ ਦੀ ਜਿਹੜੀਆਂ ਕਿ ਚੈਲੰਜ ਬਾਜੀ ਨੇ ਹੋਈਆਂ ਸੀ ਹੂੰ ਨੋਤੀ ਇੱਕ ਦੋ ਜਨ ਦਿੱਤੀ ਸੀ ਠੀਕ ਹੈ ਤੇ ਬਠਿੰਡੇ ਚ ਕਾਂਗਰਸ ਦੀ ਸੀ ਹੂੰ ਤੇ ਪਟਿਆਲੇ ਅਕਾਲੀ ਦਲ ਦੀ ਸੀ ਹੂੰ ਪਰ ਦੋਵੇਂ ਰੈਲੀਆਂ ਉਹ ਜਿਹੜੀਆਂ ਉਹਨਾਂ ਦੇ ਆਪਣੇ ਮੁਤਾਬਕ ਆਪਣੇ ਜਿਹੜੇ ਜੋ ਜ਼ੋਰ ਲਾਇਆ ਇਸ ਜਿਸ ਤਰ੍ਹਾਂ ਹੂੰ ਉਹ ਦੋਵੇਂ ਵੱਡੀਆਂ ਰੈਲੀਆਂ ਹੋਈਆਂ ਹੂੰ ਆਪਣੇ ਆਪਣੇ ਜਗ੍ਹਾ ਦੋਵੇਂ ਕਾਮਯਾਬ ਨੇ ਉਹ ਹੂੰ ਉਹ ਅਕਾਲੀ ਦਲ ਦੀ ਰੈਲੀ ਬਹੁਤ ਵੱਡੀ ਸੀ ਪਟਿਆਲੇ ਮੈਨੂੰ ਲੱਗਦਾ ਹੈ ਕਿ ਪਿਛਲੀਆਂ ਸਾਰੀਆਂ ਰੈਲੀਆਂ ਨਾਲੋਂ ਵੱਡੀ ਸੀਗੀ ਹੂੰ ਔਰ ਬੜੀ ਸੱਜੀ ਸੰਵਰੀ ਸੀ ਹਮ ਇੰਪ੍ਰੈਸਿਵ ਸੀ ਹਮ ਰਿਸਪੌਂਸਿਵ ਵੀ ਸੀ ਇਹ ਰੇਲੀ ਪਟਿਆਲੇ ਦੀ ਐ ਕਿ ਜਿਹੜੇ ਜਕਾਰੇ ਚ ਗੁਰੇ ਵੀ ਚੰਗੇ ਰਿਸਪੌਂਸ ਸੀਗਾ ਹਮ ਤੇ ਇਹਨਾਂ ਦਾ ਅਕਾਲੀ ਦਲ ਦਾ ਇਹ ਕਹਿਣਾ ਹੈ ਕਿ ਇਹ ਰੈਲੀ ਸਾਰੇ ਪੰਜਾਬ ਦੀ ਨਹੀਂ ਸੀ ਹਮ ਇੱਕ ਏਰੀਏ ਦੀ ਸੀ ਟਿਆਲੇ ਤੇ ਜਾਲੇ ਵਾਲੇ ਦੇ ਕੁਝ ਜ਼ਿਲਿਆਂ ਦੀ ਸੀ ਹਮ ਸੋ ਇਸ ਪੱਖੋਂ ਇਹ ਆਪਣੇ ਇਸ ਗੱਲ ਨੂੰ ਇਹ ਕਹਿੰਦੇ ਕਿ ਸਾਡੀ ਉੱਤੇ ਸੀ ਹਮ ਦੂਜਾ ਰੈਲੀ ਦੇ ਵਿੱਚ ਜਿਹੜਾ ਜੋ ਟੋਨ ਤਾਂ ਉਹੀ ਸੀ ਹਮ ਜੋ ਅਗਰੈਸਿਵ ਟੋਨ ਸੀ ਹਮ ਔਰ ਨਾਲ ਆਪਣਾ ਜਿਹੜਾ ਅਚੀਵਮੈਂਟਸ ਪ੍ਰੋਗਰਾਮ ਉਹ ਵੀ ਸੀ ਆਮ ਆਦੀ ਪਾਰਟੀ ਨੂੰ ਵੀ ਅਟੈਕ ਕੀਤਾ ਦੂਸਰਿਆਂ ਦੇ ਹਮ ਅ ਜਿਹੜੀ ਕਾਂਗਰਸੀ ਜਿਹੜੀ ਰੈਲੀ ਹਮ ਉਹਦੇ ਚੋ ਦੋ ਪਰਪਸ ਇੱਕ ਤਾਂ ਉਹਨਾਂ ਦਾ ਤਾਜਪੋਸ਼ੀ ਸੀਗੀ ਹਮ ਤੇ ਦੂਜੀ ਉਹਨਾਂ ਦੀ ਜਿਹੜੀ ਕਿ ਸੀਗੀ ਕਿ ਚੈਲੰਜ ਕਰਕੇ ਕੱਟ ਉਹ ਕੱਟ ਸਾਰੇ ਪੰਜਾਬ ਦਾ ਸੀ ਉਹਨਾਂ ਦਾ ਠੀਕ ਹੈ ਕੱਟ ਬਹੁਤ ਇੰਪ੍ਰੈਸਿਵ ਸੀਗਾ ਠੀਕ ਸੀ ਬਿਲਕੁਲ ਉਹਨਾਂ ਦੇ ਕੋਈ ਇਹ ਨਹੀਂ ਕਿ ਕੱਟ-ਕੱਟ ਸੀ ਉਹਨਾਂ ਦਾ ਤੇ ਗਿਣਤੀ ਚ ਪਈਏ ਤਾਂ ਉਹਦਾ ਕੋਈ ਐਂਡ ਨਹੀਂ ਹੁੰਦਾ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਪਰ ਪਰ ਇੰਪ੍ਰੈਸਿਵ ਕੱਟ ਸੀਗਾ ਉਹਨਾਂ ਦਾ ਪਰ ਉਹ ਉਹ ਸਾਰੇ ਕਿਉਂਕਿ ਸਾਰੇ ਥਾਵਾਂ ਤੋਂ ਉਹਨਾਂ ਦੇ ਤਾਜਪੋਸ਼ੀ ਹੋਣੀ ਸੀ ਸਾਰੇ ਥਾਵਾਂ ਤੋਂ ਆਈ ਸੀ ਉਹਦੇ ਚ ਵੀ ਕੈਪਟਨ ਰਮਿੰਦਰ ਸਿੰਘ ਨੇ ਆਪਣੇ ਪ੍ਰੋਗਰਾਮ ਵੀ ਦਿੱਤੇ ਬੋਲੋ ਕਾਲੀ ਦਲ ਤੇ ਕਾਲੀ ਸਰਕਾਰ ਤੇ ਅਟੈਕ ਵੀ ਕੀਤੇ ਪਰ ਨਾਲ ਉਹਨੇ ਆਪਣਾ ਮਿਨੀ ਮੈਨੀਫੈਸਟੋ ਵੀ ਜਾਰੀ ਕਰਤਾ ਤੇ ਉਹਦੇ ਨਾਲ ਕੀ ਹੈ ਕਿ ਆਮ ਆਦਮੀ ਪਾਰਟੀ ਦੇ ਧਰਨੇ ਸੀਗੇ ਉਹਨਾਂ ਦੇ ਧਰਨੇ ਆਪਣੇ ਆਪਣੇ ਹੋਏ ਆ ਉਹਨਾਂ ਦੀ ਠੀਕ ਠੀਕ ਹਾਜ਼ਰੀ ਸੀ ਕਿ ਬਹੁਤ ਵੱਡੇ ਧਰਨੇ ਤਾਂ ਉਹਨਾਂ ਨੇ ਪਲਾਨ ਵੀ ਨਹੀਂ ਕੀਤੇ ਬਰਗਾੜੀ ਵਾਲੀ ਜਿਹੜੀ ਇਵੈਂਟ ਸੀ ਉਹ ਵੀ ਨਾਰਮਲ ਲੰਘੀ ਆ ਕੋਈ ਬਹੁਤ ਉੱਤੇ ਇਹ ਕ एलान ਕੀਤਾ ਸਿਰਫ ਉਹਨਾਂ ਨੇ ਕਿ ਉਹ ਜੇਲ੍ਹਾਂ ਦੇ ਬਾਹਰ ਉਹ ਧਰਨੇ ਦੇਣਗੇ ਰਿਹਾਈ ਵਾਸਤੇ ਕੋਈ ਬਹੁਤਾ ਹੋਰ ਅਨਾਉਂਸਮੈਂਟ ਵੀ ਨਹੀਂ ਕੀਤੀਆਂ ਠੀਕ ਹੈ ਤੇ ਪਰ ਇੱਕ ਫੇਜ਼ ਖਤਮ ਹੋ ਗਿਆ ਹਮ ਮੇਰੇ ਜੇ ਮੈਂ ਕਮੈਂਟ ਕਰਨਾ ਹੋਵੇ ਤਾਂ ਵੀ ਇੱਕ ਜਿਹੜਾ ਦੌੜ ਲੱਗੀ ਹੋਈ ਸੀ ਭਜਨੜ ਸਿੱਜ ਇੱਕ ਦੂਜੇ ਮੁਕਾਬਲੇ ਫੇਰ ਕਿਤੇ ਹੋਏ ਤੇ ਨਵਾਂ ਜਿਹੜਾ ਹੁਣ ਜਿਹੜੀ ਰਾਜਨੀਤੀ ਹੋਰ ਤਰ੍ਹਾਂ ਦੀਆਂ ਚੁਣੌਤੀਆਂ ਅਗਲੇ ਰਾਜ ਚੁਣੌਤੀਆਂ ਤੇ ਦੋਵਾਂ ਪਾਰਟੀਆਂ ਨੇ ਇਹ ਆਖਰੀ ਰੈਲੀਆਂ ਕਹਿੰਦਾ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਤਾਂ ਵੀ ਹੁਣ ਰੈਲੀਆਂ ਨਹੀਂ ਕਰਾਂਗੇ ਹਮ ਤੇ ਕਾਲੀ ਦਲ ਦੀ ਤਹਾਈ ਆਖਰੀ ਸੀ ਹਮ ਸੋ ਇਹ ਰੈਲੀਆਂ ਦਾ ਦੌਰ ਖਤਮ ਹੋ ਗਿਆ ਹਮ ਤੇ ਉਹਦੇ ਵਿੱਚ ਜੋ ਕੁਝ ਉੱਭਰ ਗਿਆ ਹੈ ਹਮ ਕਿ ਕਾਲੀ ਦਲ ਦਾ ਅਗਰੈਸਿਵ ਪੋਸਚਰ ਹਮ ਕਾਲੀ ਦਲ ਦੇ ਹੱਥ ਇਨੀਸ਼ੀਏਟਿਵ ਪੋਲੀਟੀਕਲ ਇਨੀਸ਼ੀਏਟਿਵ ਅਕਾਲੀ ਦਲ ਦੇ ਹੱਥ ਹੈ ਜਿਹੜੀ ਕਾਂਗਰਸ ਦੀ ਰੈਲੀ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਭਾਸ਼ਣ ਦੇ ਵਿੱਚ ਉਹਨਾਂ ਨੇ ਬੇਸ਼ੱਕ ਆਪਣਾ ਪ੍ਰੋਗਰਾਮ ਦਿੱਤਾ ਹੈ ਪਰ ਕੋਈ ਬਹੁਤ ਕੋਈ ਨਵਾਂ ਆਈਡੀਆ ਨਵਾਂ ਪ੍ਰੋਗਰਾਮ ਮੈਨੂੰ ਐ ਨਹੀਂ ਲੱਗਿਆ ਮੈਨੂੰ ਕੋਈ ਬਹੁਤ ਅਕਾਲੀ ਦਲ ਵਾਸਤੇ ਕੋਈ ਸਮੱਸਿਆ ਖੜੀ ਹੋਵੇ ਉਸ ਪ੍ਰੋਗਰਾਮ 'ਚ ਜਾਂ ਕੋਈ ਬਹੁਤ ਨਵਾਂ ਏਜੰਡਾ ਪੇਸ਼ ਕੀਤਾ ਹੋਵੇ ਜਿਹੜੇ ਮੁੱਦੇ ਪਹਿਲਾਂ ਹੈਗੇ ਨੇ ਉਹਨਾਂ ਨੂੰ ਲਿਆ ਸੋ ਕੋਈ ਆਈਡੀਆਜ਼ ਨਵੇਂ ਨਹੀਂ ਫਲੋਟ ਹੋਏ ਉੱਥੇ ਪਹਿਲਾਂ ਵਾਲੇ ਮੁੱਦੇ ਲੈ ਗਏ ਤੇ ਪਰ ਉਹਨਾਂ ਦੀ ਇੱਕ ਸੋਚ ਸਾਹਮਣੇ ਆ ਗਈ ਹੈ ਕਿ ਕਿਸ ਤਰ੍ਹਾਂ ਅੱਗੇ ਨੂੰ ਜਾਣਗੇ ਉਹ ਵੀ ਕਿਹੜੇ ਮੁੱਦਿਆਂ ਨੂੰ ਲੈ ਕੇ ਚੱਲਣਗੇ ਹੈਗੇ ਉਹ ਸਾਹਮਣੇ ਆਈ ਹੈ ਤੇ ਕਾਲੀ ਦਲ ਦਾ ਤਾਂ ਪਹਿਲਾਂ ਪੋਸਟਰ ਹੈਗੇ ਕਿਉਂ ਬਾਲੀ ਸਾਹਿਬ ਅਗਰ ਮੈਂ ਉਹ ਅੰਗਰੇਜ਼ੀ ਦੀ ਕਹਾਵਤ ਕੋਟ ਕਰਾਂ ਤੇ 올ਡ ਵਾਈਨ ਇਨ ਅ ਨਿਊ ਬੋਟਲ ਵਲੀਸਾ ਦਾ ਕਹਿਣਾ ਬਹੁਤ ਅੱਛਾ ਹੈ ਪਹਿਲੀ ਗੱਲ ਤੇ ਮੈਂ ਵੀ ਇਹਨਾਂ ਨੂੰ ਮਿਨੀ ਮੈਨੀਫੈਸਟੋ ਨਹੀਂ ਮੈਂ ਇਹਨਾਂ ਨੂੰ ਵੀ ਵਧਾਈ ਦਿਆਂਗਾ ਕਿ ਇਹਨਾਂ ਨੇ ਬੜੀ ਅੱਛੀ ਸੱਚਾਈ ਗੱਲ ਦੱਸੀ ਕਿ ਕਿ ਰੈਲੀ ਬਹੁਤ ਕਾਮਯਾਬ ਸੀ ਕਸੀ ਰੈਲੀ ਤੋਂ ਕਿਤੇ ਪਿੱਛੇ ਨਹੀਂ ਸੀ ਹੈਗੇ ਪੂਰੇ ਪੰਜਾਬ ਦੀ ਰੈਲੀ ਸੀ ਲੋਕਾਂ ਦੇ ਅੰਦਰ ਬੜਾ ਉਤਸ਼ਾਹ ਸੀ ਅਮਰਿੰਦਰ ਸਿੰਘ ਜੀ ਦੇ ਪ੍ਰਧਾਨ ਬਣਨ ਦੇ ਨਾਲ ਔਰ ਸਾਨੂੰ ਵੀ ਬਹੁਤ ਅੱਛਾ ਲੱਗਾ ਤੁਸੀਂ ਯਕੀਨ ਮੰਨੋ ਮੈਂ ਰੈਲੀ ਤੱਕ ਤਾਂ ਨਹੀਂ ਪਹੁੰਚ ਸਕਿਆ ਮੈਂ ਰੈਲੀ ਤੋਂ ਪਹਿਲਾਂ ਹੀ ਸਾਡੀਆਂ 8-10 ਗੱਡੀਆਂ ਸੀ ਅਸੀਂ ਲੋਕ ਵਾਪਸ ਆ ਗਏ ਕਿ ਐਨਾ ਕ ਰਸਤ ਸੀ ਮਤਲਬ ਉਸ ਰੈਲੀ ਉਹਦਾ ਮਤਲਬ ਰਾਸ਼ ਦਾ ਕੀ ਸੀ ਕਿ ਉਤਸ਼ਾਹ ਹੋ ਸੀ ਲੋਕਾਂ ਦੇ ਅੰਦਰ ਦੂਸਰੀ ਗੱਲ ਇਹ ਹੈ ਜੀ ਕਿ ਉਹ ਮੈਨੀਫੈਸਟੋ ਦੀ ਗੱਲ ਕਰਨੀ ਆ ਦੂਸਰੀ ਕਿਸੇ ਹੋਰ ਰੈਲੀ ਦੀ ਗੱਲ ਕਰਨ ਪੰਜਾਬ ਦੇ ਅੰਦਰ ਅਮਰਿੰਦਰ ਸਿੰਘ ਜੀ ਦਾ ਆਣਾ ਹੀ ਬਹੁਤ ਵੱਡੀ ਗੱਲ ਆ ਲੋਕਾਂ ਦੇ ਅੰਦਰ ਹੀ ਕੁਛ ਸਾਹ ਪੈਦਾ ਹੋ ਗਿਆ ਕਿ ਅਮਰਿੰਦਰ ਸਿੰਘ ਜੀ ਨੇ ਪੰਜਾਬ ਦੇ ਅੰਦਰ ਅੱਜ ਕਾਂਗਰਸ ਦੇ ਵਰਕਰਾਂ ਨੇ ਲੱਖ ਸਵਾ ਲੱਖ ਡੇ ਲੱਗ ਗਿਆ ਜੋ ਵੀ ਸੀ ਬੱਲੀ ਸਾਹਿਬ ਨੇ ਕਿਹਾ ਕਿ ਆਪਾਂ ਗਿਣਤੀ 'ਚ ਨਹੀਂ ਜਾਵਾਂਗੇ ਅੱਜ ਉਹਨਾਂ ਦੇ ਅੰਦਰ ਬਹੁਤ ਵੱਡਾ ਉਤਸ਼ਾਹ ਸੀ ਜੋ ਕਿ ਮੈਂ ਰਸਤੇ 'ਚ ਇਹੀ ਦੇਖਣ ਗਿਆ ਸੀ ਕਿ ਮੈਨੂੰ ਪਤਾ ਸੀ ਵਨ ਟੀਵੀ ਦੇ ਜਵਾਬ ਦੇਣਾ ਪਏਗਾ ਕਿ ਉਸ ਰੈਲੀ ਦੇ ਅੰਦਰ ਤੁਸੀਂ ਯਕੀਨ ਮੰਨੋਗੇ ਕਿ 94 ਕਿਲੋਮੀਟਰ ਹੈ ਸੰਗਰੂਰ ਤੋਂ ਲੈ ਕੇ ਬਠਿੰਡਾ ਮੇਰਾ ਖਿਆਲ ਹੈ ਕਿ ਮੇਰੀ ਗੱਡੀ ਨਹੀਂ ਅੱਗੇ ਨਿਕਲੀ ਔਰ ਅਕਾਲੀ ਦਲ ਨੇ ਸੇਮ ਡੇ ਪਟਿਆਲਾ ਦੇ ਵਿੱਚ ਰੈਲੀ ਕਰਕੇ ਚੁਣੌਤੀ ਦਿੱਤੀ ਉਸ ਨੂੰ ਕਿਵੇਂ ਦੇ ਨਹੀਂ ਅਸੀਂ ਉਹਨਾਂ ਨੂੰ ਚੁਣੌਤੀ ਨਹੀਂ ਮੰਨਦੇ ਪਹਿਲੇ ਵੀ ਨਹੀਂ ਕਦੀ ਮੰਨਿਆ ਹੁਣ ਵੀ ਨਹੀਂ ਮੰਨਣਾ ਅਸੀਂ ਚੁਣੌਤੀ ਇਸ ਕਰਨੀ ਇੱਕ ਪੋਲੀਟਿਕਲ ਪਾਰਟੀ ਹੈ ਅਕਾਲੀ ਦਲ ਰੂਲਿੰਗ ਪਾਰਟੀ ਹੈ ਉਹਨਾਂ ਦਾ ਇੱਕ ਗਵਰਨਮੈਂਟ ਦੇ ਲੋਕ ਵੀ ਨਾਲ ਸਨ ਸਾਰਾ ਕੁਝ ਸੀ ਸਾਰੀ ਗੱਲਬਾਤ ਸੀ ਦੂਜੀ ਗੱਲ ਇਹ ਕਿ ਉਹ ਇਸ ਸੰਭਾਵਨਾ ਹੈ ਕਿ ਉਹ ਵੀ ਰੈਲੀ ਕਰ ਰਹੇ ਨੇ ਅਸੀਂ ਵੀ ਰੈਲੀ ਕਰ ਬਾਕੀ ਮੈਂ ਨਿਵੇਦਨ ਵੀ ਕਰਨਾ ਚਾਹਾਂਗਾ ਮੈਂ ਆਪਣੀ ਪਾਰਟੀ ਨੂੰ ਵੀ ਕਰਾਂਗਾ ਮੈਂ ਅਕਾਲੀ ਦਲ ਨੂੰ ਵੀ ਕਰਾਂਗਾ ਆਪ ਵਾਲੇ ਬੈਠੇ ਇਹਨਾਂ ਨੂੰ ਵੀ ਨਿਵੇਦਨ ਕਰਨਾ ਚਾਹਾਂਗਾ ਕਿ ਰੈਲੀਆਂ ਨੂੰ ਛੱਡ ਕੇ ਹੁਣ ਕੋਸ਼ਿਸ਼ ਕਰੋ ਕਿਉਂਕਿ ਜੋ ਅੱਜ ਰੈਲੀ ਦੇ ਵਿੱਚ ਅਸੀਂ ਦੇਖਿਆ ਕਿ ਲੋਕਾਂ ਨੂੰ ਕਿੰਨੀ ਤਕਲੀਫ ਹੋਈ ਰੈਲੀ ਦੇ ਵਿੱਚ ਮਤਲਬ ਇਹ ਕਹਿੰਦਾ ਇਹ ਲੋਕਾਂ ਨੂੰ ਆਪਾਂ ਤਕਲੀਫ ਨਾ ਦਈਏ ਇਹ ਪੋਲਿਟੀਕਲ ਪਾਰਟੀਆਂ ਕੋਸ਼ਿਸ਼ੇ ਕਰੀਏ ਕਿ ਆਪਾਂ ਲੋਕਾਂ ਤੱਕ ਆਪਣੇ ਪ੍ਰੋਗਰਾਮ ਪਹੁੰਚਾਈਏ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰੀਏ ਤੁਸੀਂ ਇਹ ਗੱਲ ਰੈਲੀ ਕਰਨ ਤੋਂ ਬਾਅਦ ਕਹਿ ਰਹੇ ਹੋ ਇਸ ਚੀਜ਼ ਦਾ ਦੇ ਪਹਿਲੇ ਵੀ ਪਤਾ ਹੁੰਦਾ ਹੈ ਕਿ ਨਹੀਂ ਪਹਿਲੇ ਕਿ ਦੂਸਰੀ ਕੱਲੇ ਕਿ ਸਾਡੀ ਤਾਜ ਪੋਸ਼ੀ ਵੀ ਸੀ ਅਮਰਿੰਦਰ ਸਿੰਘ ਸਾਹਿਬ ਪ੍ਰੈਜ਼ੀਡੈਂਟ ਬਣਨੇ ਨੇ ਉਹ ਤਾਜ ਪੋਸ਼ੀ ਵੀ ਸੀ ਇੱਕ ਲੋਕਾਂ ਕੋਲ ਮੈਸੇਜ ਵੀ ਜਾਣਾ ਸੀ ਇੱਕ ਲੋਕਾਂ ਅੰਦਰ ਉਹ ਰਖੜਾਂ ਦੇ ਅੰਦਰ ਉਹ ਸਾਬ ਵੀ ਹੈਗਾ ਸੀ ਕਿ ਨਹੀਂ ਅ ਤੁਸੀਂ ਕਿਵੇਂ ਅਨਲਿਸਿਸ ਕਰਦੇ ਹੋ ਇਸ ਚੀਜ਼ ਦਾ ਖੁਦ ਅਗਰ ਮੈਂ ਤੁਹਾਡੀ ਆਪਣੀ ਰੈਲੀ ਦੀ ਗੱਲ ਕਰਾਂ ਇਸ ਕੰਪੇਅਰ ਟੂ ਕਾਂਗਰਸ ਰੈਲੀ ਔਰ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਜੋ ਸਰਗਰਮੀਆਂ ਰਹੀਆਂ ਉਸ ਦੇ ਸਬੰਧ ਦੇ ਵਿੱਚ ਜਿਵੇਂ ਇਹ ਇਹ ਗੱਲ ਕਰ ਰਹੇ ਹੈ ਵਿਜੇਪਾਲ ਜੀ ਜਿੱਥੇ ਤੱਕ ਬੱਲੀ ਜੀ ਨੇ ਮੇਰੇ ਨਾਲ ਕਾਫੀ ਕੁਝ ਐਕਸਪਲੇਨ ਕਰ ਦਿੱਤਾ ਹੈ ਜੀ ਜੀ ਪਰ ਮੈਂ ਇਹਦੇ ਨਾਲੇ ਗੱਲ ਕਹੂੰਗਾ ਜਿਵੇਂ ਜਿਦ ਤਰ੍ਹਾਂ ਬੱਲੀ ਜੀ ਨੇ ਗੱਲ ਕੀਤੀ ਹੈ ਨਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਆ ਗਏ ਬੱਲੀ ਹੈ ਜੀ ਮੇਰਾ ਬੱਲੀ ਉਹ ਸੌਰੀ ਬੱਲੀ ਜੀ ਹਾਂ ਹਾਂ ਜੀ ਬੱਲੀ ਜੀ ਨੇ ਜਿਵੇਂ ਗੱਲ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੀ ਆ ਗਏ ਇਹ ਗੱਲ ਇਹ ਕਰ ਰਿਹਾ ਜਿਵੇਂ ਕੈਪਟਨ ਬਰਿੰਦਰ ਸਿੰਘ ਜੀ ਕੋਈ ਨਵੇਂ ਆਏ ਨੇ ਪੰਜਾਬ ਚ ਨਵੇਂ ਪ੍ਰਗਟ ਹੋਏ ਨੇ ਨਵਾਂ ਅਵਤਾਰ ਹੋਇਆ ਉਹਨਾਂ ਦਾ ਕੈਪਟਨ ਅਮਰਿੰਦਰ ਸਿੰਘ ਜੀ ਉਹੀ ਨੇ ਜਿਨ੍ਹਾਂ ਨੂੰ 2007 ਦੇ ਵਿੱਚ ਸ਼੍ਰੋਮਣੀ ਕਾਲੀਦਾਰ ਨੇ ਹਰਾਇਆ 2012 ਚ ਬੁਰੀ ਤਰ੍ਹਾਂ ਹਰਾਇਆ ਔਰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਾਂਗਰਸ ਹਾਈ ਕਮਾਂਡ ਨੇ ਇਸ ਕਰਕੇ ਚੇਂਜ ਕੀਤਾ ਸੀ ਉਹਨਾਂ ਦੀਆਂ ਨੀਤੀਆਂ ਕਰਕੇ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਕਰਕੇ ਕੈਪਟਨ ਅਮਰਿੰਦਰ ਸਿੰਘ ਜੀ ਪੰਜਾਬ ਦੇ ਵਿੱਚ ਕਾਂਗਰਸ ਨੂੰ ਅਗਵਾਈ ਦੇਣ ਦੇ ਵਿੱਚ ਬੁਰੀ ਤਰ੍ਹਾਂ ਫੇਰ ਹੋਏ ਹੈ। ਈਹੀ ਚਰਚਾ ਚੱਲਦਾ ਰਿਹਾ ਮੀਡੀਆ ਦੇ ਵਿੱਚ ਵੀ ਲੋਕਾਂ ਦੇ ਵਿੱਚ ਵੀ ਕਾਂਗਰਸ ਹਾਈ ਕਮਾਂਡ ਦੇ ਵਿੱਚ ਵੀ ਅਖੀਰ ਕੈਪਟਨ ਅਬਰਿੰਦਰ ਸਿੰਘ ਜੀ ਨੂੰ ਬਦਲ ਕੇ ਬਾਜਵਾਜੀ ਨੂੰ ਲਿਆਂਦਾ ਗਿਆ ਕਿ ਹੁਣ ਜਿਹੜੀ ਕਾਂਗਰਸਾਂ ਮਿਲਿਤ ਹੋਊਗੀ ਉਹਨਾਂ ਦੇ ਬਰਾਬਰ ਰੈਲੀ ਕਿਉਂ ਕੀਤੀ ਮੇਰੀ ਬੇਨਤੀ ਸੋਲਮੈਨ ਨੂੰ ਗੱਲ ਪੂਰੀ ਕਰ ਲੈਂਦੇ ਆਂ ਅੱਜ ਬਾਜਵਾਜੀ ਨੂੰ ਇਸ ਕਰਕੇ ਲਾਇਆ ਗਿਆ ਕਿ ਬਾਜਵਾਜੀ ਫੇਲ ਹੋ ਗਈ ਕੱਲ ਜਿਹੜੇ ਫੇਰ ਸੀ ਉਹਨਾਂ ਨੂੰ ਅੱਜ ਲਿਆਂਦਾ ਗਿਆ ਤੇ ਉਹਨਾਂ ਦੀ ਜਿਹੜੇ ਫੇਲ ਆਦਮੀ ਆ ਉਹਨਾਂ ਦੀ ਅਗਵਾਈ ਦੇ ਵਿੱਚ ਕਾਂਗਰਸ ਦੀ ਜਿਹੜੀ ਤੁਸੀਂ ਕਹਦੇ ਕਿ ਅੱਜ ਕੋਈ ਤਬਦੀਲੀ ਆਜੂ ਉਹਦੇ ਵਿੱਚ ਅੱਜ ਵੀ ਵਰਕਰ ਇਸ ਗੱਲੋਂ ਇਸ ਗੱਲੋਂ ਜਿਹੜਾ ਨੇ ਕਾਂਗਰਸ ਦਾ ਵਰਕਰ ਜਿਹੜਾ ਆ ਇਸ ਗੱਲੋਂ ਕੈਪਟਨ ਬਰਿੰਦਰ ਸਿੰਘ ਦੀ ਕਾਰਗੁਜ਼ਾਰੀ ਉਹਨਾਂ ਦੀ ਕੰਮ ਕਰਨ ਦਾ ਤਰੀਕਾ ਜਿਹੜਾ ਹੈ ਅੱਜ ਵੀ ਚਰਚਾ ਆ ਕਾਂਗਰਸੀਆਂ ਦੇ ਵਿੱਚ ਵੀ ਚਰਚਾ ਆ ਉਹ ਦੂਸਰੀ ਗੱਲ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਰੈਲੀ ਕਿਉਂ ਰੱਖੀ ਮੈਂ ਦੇਖੋ ਜੀ ਨਾ ਕੋਈ ਬਰਾਬਰ ਰੱਖੀ ਹਮ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਖਿੱਤਿਆਂ ਦੇ ਵਿੱਚ ਰੈਲੀਆਂ ਕੀਤੀਆਂ ਨੇ ਹਮ ਬਠਿੰਡਾ ਤੋਂ ਸ਼ੁਰੂ ਹੋਈ ਹਮ ਫਿਰ ਮੋਗਾ ਕੀਤੀ ਹਮ ਫਿਰ ਗੁਰਦਾਸਪੁਰ ਕੀਤੀ ਫਿਰ ਨਕੋਦਰ ਕੀਤੀ ਦੁਆਬੇ ਦੇ ਵਿੱਚ ਫਿਰ ਮਾਝੇ ਦੇ ਵਿੱਚ ਫਿਰ ਤਰਨਤਾਰਨ ਨੂੰ ਫਿਰ ਆੜਾ ਰੀਜਨ ਸੀਗਾ ਇਹ ਸਾਈਡ ਜਿਹੜੀ ਹੈ ਇਹ ਬਕਾਇਦਾ ਰਹਿੰਦੀ ਸੇਮ ਡੇ ਫਿਰ ਪਟਿਆਲੇ ਚੂਜ਼ ਕਰਨਾ ਪਟਿਆਲਾ ਸੇਮ ਡੇ ਮਸਬਾਹ ਵੀ ਨਹੀਂ ਕੱਟੀ ਰਹੀ ਟ੍ਰੀਟਮੈਂਟ ਵਾਲੀ ਦਾ ਕੋਈ ਇਨਸੀਡੈਂਸ ਤੇ ਹੋ ਨਹੀਂ ਸਕਦਾ ਕੋਈ ਇਨਸੀਡੈਂਟ ਨਹੀਂ ਸਾਹ ਸੁਬੀਰ ਸਿੰਘ ਬਾਦਲ ਨੇ ਬਕਾਇਦਾ ਚੈਲੰਜ ਕਰਕੇ ਕੀਤਾ ਸੀਗਾ ਚੈਲੰਜ ਕਰਕੇ ਕੀਤਾ ਵੀ ਅਸੀਂ ਤੁਸੀਂ ਇਸੇ ਜਗ੍ਹਾ ਤੇ ਕਰੋ ਹਮ ਅਸੀਂ ਉਸੇ ਦਿਨ ਪਟਿਆਲੇ ਕਰਾਂਗੇ ਔਰ ਕੀਤੀ ਹੈ ਔਰ ਕਰਕੇ ਵਿਖਾਇਆ ਔਰ ਅੱਜ ਲੋਕਾਂ ਦੇ ਵਿੱਚ ਚਰਚਾ ਆ ਕੇ ਸ਼੍ਰੋਮਣੀ ਅਕਾਲੀ ਦਲ ਨੇ ਕੇਵਲ ਤੇ ਕੇਵਲ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਤੇ ਆ ਮੋਹਾਲੀ ਦੀ ਕੀਤੀ ਹੈ ਰੈਲੀ ਤੇ ਉਹਦੇ ਵਿੱਚ ਇੱਕ ਬੰਨੇ ਸਮੁੱਚਾ ਪੰਜਾਬ ਲੈਣ ਕੇ ਕਾਂਗਰਸ ਨੇ ਤੇ ਫਿਰ ਅਕਾਲੀ ਦਲ ਨੇ ਜੋ ਉੱਥੇ ਆਪਦਾ ਵਿਖਾਵਾ ਕੀਤਾ ਪ੍ਰਦਰਸ਼ਨ ਕੀਤਾ ਜੋ ਐਕਸਪਲੇਨ ਕਰ ਦਿੱਤਾ ਭੱਲੇ ਜੀ ਨੇ ਜਿਸ ਜੋਸ਼ ਦੇ ਨਾਲ ਜਿਸ ਉਤਸ਼ਾਹ ਦੇ ਨਾਲ ਅੱਜ ਜਿਹੜੇ 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 ਵੱਡੇ ਜਾਮ ਲੱਗੇ ਨੇ ਉੱਥੇ ਲੋਕੀਂ ਢੈਂਕਿਆ ਬੰਦੀ ਉੱਥੇ ਪਹੁੰਚ ਨਹੀਂ ਸਕੇ ਬਾਦਲ ਸਾਹਿਬ ਨੇ ਖਡੂਰ ਸਾਹਿਬ 골ਡ ਮੈਡਲ ਦਿੱਤਾ ਸੀ ਉਸ ਤੋਂ ਇਲਾਵਾ ਅੱਜ ਉਸ ਤੋਂ ਇਲਾਵਾ ਜੋ ਅੱਜ ਡਿਪਟੀ ਸੀਐਮ ਦਾ ਜਿਹੜਾ ਰੋਡ ਸ਼ੋ ਸੀਗਾ ਪਟਿਆਲੇ ਦੇ ਵਿੱਚ ਉਸ ਸ਼ਾਹੀ ਘਰਾਣੇ ਦੇ ਕਿਲੇ ਦੇ ਵਿੱਚ ਉਹਦੇ ਉਦੇ ਇਲਾਕੇ ਦੇ ਵਿੱਚ ਉਹ ਜੋ ਇੰਪ੍ਰੈਸਿਵ ਸੀਗਾ ਅੱਜ ਵੀ ਜੋ ਰੈਲੀ ਇੰਪ੍ਰੈਸਿਵ ਸੀਗੀ ਤੇ ਅੱਜ ਤੇ ਪੰਜਾਬ ਦੇ ਲੋਕਾਂ ਦੀ ਜ਼ੁਬਾਨ ਤੇ ਹੈ ਕਿ ਤੀਜੀ ਵਾਰ ਤੀਜੀ ਵਾਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਇਹ ਦੁਬਾਰਾ ਜਿਹੜਾ ਸੱਤਾ ਦੇ ਵਿਚਾਰ ਆ ਰਿਹਾ ਬਿਮਾਰੀ ਨੇ ਲੋਕਾਂ ਨੂੰ ਚਰਚਾ ਹੋ ਗਿਆ ਲੋਕਾਂ ਨੂੰ ਚਰਚਾ ਚੱਲ ਪਈ ਹੈ ਇੱਕ ਮਿੰਟ ਬੰਦੇ ਮੈਂ ਓ ਯਾਰ ਤੁਸੀਂ ਇੱਕ ਮਿੰਟ ਬਾਹਰ ਦਵਾਜ ਸਾਲ ਨੂੰ ਆਪਣੀ ਗੱਲ ਕਰਨ ਦਿਓ ਨਾ ਬਾਲੀ ਸਾਹਿਬ ਤੁਹਾਡੇ ਤੋਂ ਲਵਾਂਗਾ ਜਵਾਬ ਮੈਂ ਨੰਬਰ ਆਏਗਾ ਤਾਂ ਬਾਅਦ ਵਿੱਚ ਹਾਂਜੀ ਜੀ ਬਾਹਰ ਦਵਾਜ ਸਾਹਿਬ ਤੁਸੀਂ ਮੇਰਾ ਨੰਬਰ ਦਿਓ ਯਾਰ ਕੋਈ ਗੱਲ ਨਹੀਂ ਬਾਲੀ ਸਾਹਿਬ ਪਲੀਜ਼ ਨਹੀਂ ਨਹੀਂ ਬਾਲੀ ਸਾਹਿਬ ਕੋਈ ਗੱਲ ਨਹੀਂ ਮਨੇ ਗੱਲ ਦਾ ਅਮਰਿੰਦਰ ਸਿੰਘ ਜੀ ਦਾ ਜਵਾਬ ਨਹੀਂ ਆਪ ਲੈਂਦੇ ਹੋ ਨਾ ਮੈਂ ਉਸਕੇ ਚਲਾ ਜਾਂਦਾ ਤੁਸੀਂ ਆਪ ਬਾਲੀ ਸਾਹਿਬ ਆਪ ਜਵਾਬ ਤੁਸੀਂ ਆਪਣੀ ਮੇਰੀ ਗੱਲ ਬਾਲੀ ਸਾਹਿਬ ਉਹ ਤੁਹਾਡਾ ਨੰਬਰ ਆ ਗਿਆ ਬਾਅਦ ਵਿੱਚ ਤੁਸੀਂ ਜਵਾਬ ਤੁਸੀਂ ਤੁਹਾਡੀ ਵ ਦੇ ਸੇਰ ਅੰਦਰ ਆਵ ਲੂੰਗਾ ਆਪੋਨਾਂ ਤਾਂ ਇੱਕ ਕਮੈਂਟ ਤੇ ਲੀਏ ਨਾ ਉਹ 15 ਮਿੰਟ ਤੋਂ ਵੇਟ ਕਰ ਰਹੀ ਹੈ ਤੁਸੀਂ ਬੋਲ ਦਿਓ ਤੁਸੀਂ ਕੋਈ ਗੱਲ ਨਹੀਂ ਦੇਖੋ ਜੀ ਗੱਲ ਇਹ ਹੈ ਹਮ ਬਾਲੀ ਸਾਹਿਬ ਨੇ ਕਿਹਾ ਹਮ ਬੱਲੀ ਸਾਹਿਬ ਨੇ ਕਿਹਾ ਕਿ ਰੈਲੀਆਂ ਦਾ ਦੌਰ ਹਮ ਇਹਨਾਂ ਰੈਲੀਆਂ ਦਾ ਮਕਸਦ ਕੀ ਸੀ ਹਮ ਹਰ ਇੱਕ ਚੀਜ਼ ਦਾ ਇੱਕ ਮਕਸਦ ਹੁੰਦਾ ਹੈ ਪੋਲਿਟੀਕਲ ਮਕਸਦ ਹਮ ਇਹਨਾਂ ਨੇ ਕਿਹਾ ਕਿ ਲਾਗਬਾਜੀ ਵਿੱਚ ਚੈਲੰਜ ਬਾਜੀ ਵਿੱਚ ਰੈਲੀਆਂ ਹੋਈਆਂ ਹਮ ਇਹਨਾਂ ਨੇ ਕਿਹਾ ਬਾਜ ਪੁੱਛੀ ਸੀ ਇਸ ਕਰਕੇ ਰਹਿ ਲਿਆ ਹੋਈ ਹੈ ਤੁਸੀਂ ਅੰਦਾਜ਼ਾ ਲਾਓ ਕਰੋੜਾਂ ਰੁਪਏ ਖਰਚ ਹੋਏ ਇੰਨੇ ਮੈਨ ਹਾਅਰ ਵੇਸਟ ਹੋਏ ਇੰਨੇ ਪੁਲਿਸ ਕਰਮਚਾਰੀ ਥਾਣੇ ਨੂੰ ਛੱਡ ਕੇ ਟ੍ਰੈਫਿਕ ਕੰਟਰੋਲ ਕਰਨ ਲਈ ਲੋਕਾਂ ਨੂੰ ਰੋਕਣ ਲਈ ਉੱਥੇ ਗਏ ਟ੍ਰੈਫਿਕ ਜੈਮ ਹੋਇਆ ਇੱਕ ਡੈਥ ਹੋ ਗਈ ਜਾ ਨਹੀਂ ਸਕਿਆ ਮਰੀਜ਼ ਬੜੀ ਅਨਫੋਰਚੂਨੇਟ ਹੋਈ ਇਦਾਂ ਦੇ ਹੋਰ ਵੀ ਬੜੇ ਕੇਸਿਸ ਹੋਏ ਹਨ ਬਿਨਾਂ ਕਿਸੇ ਮਕਸਦ ਦੇ ਇੱਕ ਲੀਡਰ ਨੂੰ ਚਮਕਾਉਣ ਲਈ ਚਾਹੇ ਉਹ ਅਮਰਿੰਦਰ ਸਿੰਘ ਹੈ ਚਾਹੇ ਕੋਈ ਹੋਰ ਹੈ ਔਰ ਲਾਕਬਾਜੀ ਕਰਕੇ ਤੁਸੀਂ ਇੰਨਾ ਫਜ਼ੂਲ ਖਰਚੀ ਕਰ ਰਹੇ ਹੋ ਮੈਂ ਸਮਝਦਾ ਕਿ ਰੈਲੀ ਦਾ ਜਿਹੜਾ ਕਲਚਰ ਹੈ ਇਹ ਲੋਕਾਂ ਦੇ ਹਿੱਤ ਵਿੱਚ ਬਿਲਕੁਲ ਨਹੀਂ ਹੈ ਤੁਸੀਂ ਵੀ ਪਿਛਲੇ ਦਿਨਾਂ ਚ ਕੀਤੀ আচ্ছা ਦੂਸਰੀ ਗੱਲ ਤੁਸੀਂ ਲੰਬੀ ਚ ਰੈਲੀ ਕੀਤੀ ਦੂਸਰੀ ਗੱਲ ਸਾਡੀ ਜਿਹੜੀ ਰੈਲੀ ਉਹਨਾਂ ਨੇ ਅਮਰਿੰਦਰ ਸਿੰਘ ਦੇ ਘੜ ਚ ਕੀਤੀ ਤੁਸੀਂ ਪ੍ਰਕਾਸ਼ ਸਿੰਘ ਬਾਦਲ ਨੇ ਮੈਂ ਮੈਂ ਤੁਹਾਡੀ ਗੱਲ ਪਰ ਫਰਕ ਹੀ ਰਹਿ ਗਿਆ ਹਾਂ ਫਰਕ ਰਹਿ ਗਿਆ ਮੈਂ ਤੁਹਾਨੂੰ ਜਵਾਬ ਦਿੰਦਾ ਹਾਂ ਅਸੀਂ ਸਾਰੇ ਪੰਜਾਬ ਦੇ ਵਿੱਚ 39 ਰੈਲੀਆਂ ਕੀਤੀ ਅਸੀਂ ਕਿਸੇ ਬੰਦੇ ਨੂੰ ਟਰਾਂਸਪੋਰਟ ਨਹੀਂ ਦਿੱਤਾ ਕਿਸੇ ਬੰਦੇ ਨੂੰ ਆਣ ਜਾਣ ਲਈ ਕੋਈ ਸਹੂਲਤ ਨਹੀਂ ਦਿੱਤੀ ਜਿਹੜਾ ਬੰਦਾ ਆਣਾ ਚਾਹੁੰਦਾ ਸੀ ਉਹ ਆਪਣੀ ਮਰਜ਼ੀ ਨਾਲ ਆਇਆ ਉਸ ਨੂੰ ਅਸੀਂ ਇੱਕ এজেন্ডਾ ਬਣਾ ਕੇ ਲਾਈ ਸੀ ਉਹ এজেন্ডਾ ਉਸ ਨੂੰ ਦੱਸਿਆ ਨੀ ਪਰਦਾ ਇਹਦਾ ਬੱਸਾਂ ਸਾਡਾ ਬਾਕਾਇਦਾ ਬੱਸਾਂ ਅਰੇਂਜ ਕਰਕੇ ਦਿਤੀਆਂ ਸਾਡਾ ਅਰੇਂਜ ਕਰਕੇ ਦਿਤੀਆਂ ਬਸ ਸਿੱਧਾ ਕੋਈ ਪ੍ਰੂਫ ਤੇ ਹੈ ਨਹੀਂ ਉਹ ਦੇ ਵੀ ਕਹਿ ਦੇਣਗੇ ਵੀ ਆਪੇ ਲੋਕ ਆਏ ਅਸੀਂ ਬੱਸਾਂ ਨਹੀਂ ਕਰਕੇ ਦਿਤੀਆਂ ਉਹਦਾ ਪ੍ਰੂਫ ਉਹਦਾ ਪ੍ਰੂਫ ਹੈ ਹੂੰ ਉਹਦਾ ਪ੍ਰੂਫ ਹੈ ਹੂੰ ਕਿ ਸਾਡੀ ਰੈਲੀਆਂ ਦੇ ਕੋਈ ਫੋਟੋ ਮੈਨੂੰ ਦਿਖਾਵੇ ਜਿੱਥੇ ਬੱਸਾਂ ਲਾਈਨ ਅਪ ਸੀ ਔਰ ਲਾਈਨੇ ਖੜੀ ਹੋਈ ਸੀ ਅਸੀਂ ਬਸਾ ਕੀਤੀ ਨਹੀਂ ਐਮਪਲਾਈ ਨਹੀਂ ਚਲੋ ਮੈਂ ਉਸ ਚੀਜ਼ ਤੇ ਵੀ ਪੈਣਾ ਚਾਹੁੰਦਾ ਤੁਸੀਂ ਉਹਨੇ ਦੱਸੋ ਤੁਸੀਂ ਅੱਜ ਦਾ ਦਿਨ ਕਿਉਂ ਚੂਜ਼ ਕੀਤਾ ਪੈਰਲਲ ਇੱਕ ਸਰਕੇ ਚੂਜ਼ ਕੀਤਾ ਹੂੰ ਜੇ ਜੇ ਤੁਹਾਨੂੰ ਇਸ ਚੀਜ਼ ਦਾ ਪਤਾ ਸੀ ਪਬਲਿਕ ਕਨਵੀਨੀਅੰਸ ਹੋ ਰਹੀ ਹੈ ਰੈਲੀਆਂ ਹਾਂ ਮੈਂ ਜਵਾਬ ਦਿੰਦਾ ਤੁਸੀਂ ਕੋਈ ਹੋਰ ਦਿਨ ਚੂਜ਼ ਕਰ ਸਕਦੇ ਹੋ ਹਾਂ ਉਹ ਜਵਾਬ ਮੈਂ ਦਿੰਦਾ ਹੂੰ ਹੂੰ ਦੋਨੋਂ ਪਾਰਟੀਆਂ ਨੇ ਹੂੰ ਬਿਨਾਂ ਕਿਸੇ ਲੋਕ ਹਿਤ ਵਿੱਚ ਦਾ ਮੁੱਦਾ ਹਲੀਏ ਹੂੰ ਲਾਗਬਾਜੀ ਵਿੱਚ ਹੂੰ ਆਪਣੀ ਝੁੱਟੀ ਸ਼ਾਨ ਦਿਖਾਣ ਲਈ ਆਪਣੀ ਝੁੱਟੀ ਪਪੂਲੈਰਿਟੀ ਦਿਖਾਣ ਲਈ ਰੈਲੀਆਂ ਕੀਤੀ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਸੀ ਕਿ ਅੱਜ ਦਾ ਦਿਨ ਜਦੋਂ ਤੁਸੀਂ ਇੰਨੇ ਪੈਸੇ ਲਾ ਕੇ ਇਹ ਸ਼ਾਨ ਸ਼ੌਕਤ ਕੀਤੀ ਹੈ ਅੱਜ ਦਾ ਦਿਨ ਆਮ ਆਦਮੀ ਪਾਰਟੀ ਨੇ ਇੱਕ ਕਰਪਸ਼ਨ ਦੇ ਮੁੱਦਾ ਨੂੰ ਲੈ ਕੇ ਇੱਕ ਮੁਜਾਰਾ ਕੀਤਾ ਹੈ ਇੱਕ ਪਬਲਿਕ ਦਾ ਇਸ਼ੂ ਜਾਗਰਤ ਕਰਨ ਲਈ ਕੀਤਾ ਹੈ ਤੁਸੀਂ ਸਿੱਖੋ ਕਿ ਲੋਕਾਂ ਦਾ ਇਕੱਠ ਕਿਸੇ ਪਬਲਿਕ ਦੇ ਹਿਤ ਵਿੱਚ ਪਬਲਿਕ ਦੇ ਮੁੱਦੇ ਨੂੰ ਚੁਕੜ ਨਹੀਂ ਕੀਤਾ ਜਾਂਦਾ ਅਸੀਂ ਲੋਕਾਂ ਨੂੰ ਜਿਹੜਾ ਆਵਾਜ਼ ਵੇਗੜ ਪਾਉਂਦੇ ਰੌਲਾ ਪਾਉਂਦੇ ਉਹਦੇ ਅਸੀਂ ਪਿੱਛੇ ਰਹਿ ਜਾਈਏ ਅਸੀਂ 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 ਉਹਨਾਂ ਨੂੰ ਕਿਹਾ ਅਸੀਂ ਉਹਨਾਂ ਨੂੰ ਮੈਸੇਜ ਦਿੱਤਾ ਕਿ ਆਜ ਦਾ ਦਿਨ ਅਸੀਂ ਇਸ ਤਰ੍ਹਾਂ ਦਾ ਕੰਮ ਕਰਾਂਗੇ ਪੋਜ਼ਿਟਿਵ ਕੰਸਟਰਕਟਿਵ ਕੰਮ ਕਰਾਂਗੇ ਔਰ ਆਜ ਦਾ ਦਿਨ ਤੁਸੀਂ ਇਹ 네ਗੇਟਿਵ ਕੀਤਾ ਕੰਮ ਦੋਨਾਂ ਨੂੰ ਕੰਪੇਅਰ ਦੋਨਾਂ ਨੂੰ ਕੰਪੇਅਰ ਕਰੋ ਅਸੀਂ ਦੋ ਥਾਵਾਂ ਤੇ ਰੱਖੀਆਂ ਜਾਂ ਮੈਂ ਕਹਾਂਗੇ ਉਹਨਾਂ ਦੀ وجہ ਨਾਲ ਦੋ ਥਾਵਾਂ ਤੇ ਇਨਕਨਵੀਨੀਅੰਸ ਹੋਈ ਤੁਸੀਂ 13 ਥਾਵਾਂ ਤੇ ਕੀਤਾ ਅਸੀਂ 13 ਇਨਕਨਵੀਨੀਅੰਸ ਤੇ ਹਰ ਜਗ੍ਹਾ ਹੁੰਦੀ ਹੈ ਕਿੰਨੀ ਵੀ ਥਾਂ ਤੇ ਹੋਵੇ ਅਸੀਂ 13 ਥਾਵਾਂ ਤੇ ਇਸ ਕਰਕੇ ਕੀਤਾ ਕਿ ਅਸੀਂ ਸਾਰੇ ਪੰਜਾਬ ਦੇ ਵਿੱਚ ਕਰਪਸ਼ਨ ਬਾਰੇ ਇੱਕ ਆਵਾਜ਼ ਝੁਕਣਾ ਚਾਹੁੰਦੇ ਸੀ ਕਿ ਕਰਪਸ਼ਨ ਜਿਹੜੀ ਹੈ ਉਹ ਬਹੁਤ ਬੜੀ ਬਿਮਾਰੀ ਹੈ ਔਰ ਇਸ ਬਿਮਾਰੀ ਨੂੰ ਖਤਮ ਕਰਨਾ ਲਾਜ਼ਮੀ ਹੈ ਅਸੀਂ ਇੱਕ ਬੰਦੇ ਨੂੰ ਲੈ ਕੇ ਨਹੀਂ ਤੁਸੀਂ ਰੈਲੀ ਦੇ ਹੱਕ ਚੋਂ ਖਿਲਾਫ ਹੋ ਮੈਨੂੰ ਇਹ ਸਮਝ ਨਹੀਂ ਆ ਰਹੀ ਮੈਂ ਰੈਲੀ ਦੇ ਖਿਲਾਫ ਨਹੀਂ ਹਾਂ ਹਮ ਮੈਂ ਖਿਲਾਫ ਹਾਂ ਰੈਲੀ ਵਿਦਆਊਟ ਐਨੀ ਲੋਕ ਹਿਤ ਮਕਸਦ ਹਮ ਜੇ ਰੈਲੀ ਤੁਸੀਂ ਆਪਣੀ ਇੱਕ ਲੀਡਰ ਨੂੰ ਚਮਕਾਉਣ ਲਈ ਹਮ ਲਾਗਬਾਜੀ ਵਿੱਚ ਹਮ ਮੈਡ ਰੇਸ ਬਣਾ ਕੇ ਕਰਦੇ ਹੋ ਹਮ ਉਹ ਨੂੰ ਮੈਂ ਫਜ਼ੂਲ ਖਰਚੀ ਔਰ ਬੇਕਾਰ ਦੀ ਸਮਝਦਾ ਚਲੋ ਮੈਂ ਇੱਕ ਇੱਕ ਬ੍ਰੇਕ ਲੈਣਾ ਛੋਟਾ ਜਿਹਾ ਫਿਰ ਜਿਹੜੀਆਂ ਗੱਲਾਂ ਬੱਲੀ ਜੀ ਨੇ ਕੀਤੀਆਂ ਸੀ ਜਾਂ ਵਲਟੋਆ ਸਾਹਿਬ ਨੇ ਜਾਂ ਬਾਲੀ ਸਾਹਿਬ ਨੇ ਉਸ ਦਾ ਅਸੀਂ ਕਾਊਂਟਰ ਜਿਹੜਾ ਹੈ ਉਹ ਰਿਪਲਾਈ ਲਵਾਂਗੇ ਇੱਕ ਛੋਟਾ ਜਿਹਾ ਬ੍ਰੇਕ ਜਲਦੀ ਵਾਪਸ ਆ ਕੇ ਇਸ ਚਰਚਾ ਨੂੰ ਅੱਗੇ ਵਧਾਉਣੀ ਹੈ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਦਰਸ਼ਕਾਂ ਦਾ ਅਸੀਂ ਚਰਚਾ ਕਰ ਰਹੇ ਹਾਂ ਮੰਗਲਵਾਰ ਦਾ ਦਿਨ ਜਿਹੜਾ ਹੈ ਸਿਆਸੀ ਸਰਗਰਮੀਆਂ ਦੇ ਨਾਮ ਤੇ ਆ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਆਪਣੇ ਦਾਅਵੇ ਕੀਤੇ ਜਾ ਰਹੇ ਆ ਸ਼੍ਰੋਮਣੀ ਕਾਲੀ ਦਲ ਦੀ ਪਟਿਆਲੇ ਚ ਰੈਲੀ ਹੋਈ ਹੈ ਤੇ ਜਿਹੜੀ ਕਾਂਗਰਸ ਪਾਰਟੀ ਨੇ ਬਠਿੰਡਾ ਚ ਰੈਲੀ ਕੀਤੀ ਹੈ ਬੱਲੀ ਜੀ ਤੁਹਾਡੇ ਤੋਂ ਮੈਂ ਇੱਕ ਕਮੈਂਟ ਲੈਣਾ ਜਿਹੜੀ ਗੱਲ ਇਹ ਕਰ ਰਿਹਾ ਭਾਰਦवाज ਸਾਹਿਬ ਦਾ ਤੁਸੀਂ ਗੱਲ ਸੁਣੀ ਹੈ ਜਾਂ ਇਹਨਾਂ ਦੀ ਗੱਲ ਸੁਣੀ ਹੈ ਚਲੋ ਰੈਲੀਆਂ ਹੋ ਗਈਆਂ ਜਾਂ ਕਿਸ ਮਕਸਦ ਲਈ ਕੀਤੀਆਂ ਆਲਟੀਮੇਟਲੀ ਲੋਕ ਉਹਦੇ ਚ ਗਏ ਰੈਲੀਆਂ ਹੋ ਗਈਆਂ ਮੈਂ ਰੈਲੀ ਦਾ ਇੰਪੈਕਟ ਦੀ ਅਗਰ ਗੱਲ ਕਰਾਂ ਕਿਉਂਕਿ ਜੇ ਜਿਹੜੀ ਤੁਸੀਂ ਕੈਪਟਨ ਅਮਰਿੰਦਰ ਸਿੰਘ ਹੋਰ ਆਲੀ ਗੱਲ ਕਰ ਰਹੇ ਸੀ ਵੀ ਨਵਾਂ ਕੁਝ ਨਹੀਂ ਸੀ ਬਟ ਜਿਹੜੇ ਐਲਾਨ ਉਹਨਾਂ ਨੇ ਕੀਤੇ ਇੱਕ ਤਰੀਕੇ ਦਾ ਮਿਨੀ ਮੈਨੀਫੈਸਟੋ ਜਿਹੜਾ ਜਾਰੀ ਕੀਤਾ ਐ ਤੁਸੀਂ ਕਿਉਂਕਿ ਜਦੋਂ ਕੈਪਟਨ ਅਮਰਿੰਦਰ ਹੋਰਾਂ ਦੀ ਰੈਲੀ ਹੁੰਦੀ ਹੈ ਤਾਂ ਉਹਨਾਂ ਦੀ ਬਾਡੀ ਲੈਂਗੁਏਜ ਉਹਨਾਂ ਦਾ ਇੱਕ ਇੱਕ ਤਰੀਕਾ ਨਾ ਜੋ ਜੋ ਸਟਾਈਲ ਹੈ ਅਗਰ ਮੈਂ ਗੱਲ ਕਰਾਂ ਤੇ ਉਹ ਇੱਕ ਵੱਖਰਾ ਹੁੰਦਾ ਸੋ ਅੱਜ ਦੀ ਬਾਡੀ ਲੈਂਗੁਏਜ ਨੂੰ ਤੁਸੀਂ ਕਿਵੇਂ ਆਖਦੇ ਹੋ ਦੇਖੋ ਅੱਜ ਕਾਂਗਰਸ ਦੀ ਜਿਹੜੀ ਰੈਲੀ ਐਸ ਕੰਪੇਅਰ ਟੂ ਅਗਰ ਮੈਂ ਅਕਾਲੀ ਲੀਡਰਾਂ ਦੀ ਵੀ ਬਾਡੀ ਲੈਂਗੁਏਜ ਕੰਪੇਅਰਿੰਗ ਕੰਪੇਅਰ ਕਰਾਂ ਤਾਂ ਅਕਾਲੀ ਲੀਡਰਾਂ ਦੀ ਜਿਹੜੀ ਭਾਸ਼ਾ ਟੋਨ ਤੇ ਮੁੱਦਿਆਂ ਪੱਖੋਂ ਕਾਂਗਰਸ ਲਈ ਲੀਡਰਾਂ ਦਾ ਬਹੁਤ ਅਗਰੈਸਿਵ ਸੀਗਾ ਸਾਰੀਆਂ ਰੈਲੀਆਂ 'ਚ ਰਿਹਾ ਅੱਜ ਵੀ ਉਦਾਂ ਹੀ ਸੀ ਕੁਲਵੀਰ ਬਾਦਲ ਦਾ ਭਾਸ਼ਣ ਵੀ ਬਾਦਲ ਸਾਹਿਬ ਦਾ ਭਾਸ਼ਣ ਵੀ ਪਿਛਲੇ ਕਾਫੀ ਦਿਨਾਂ ਤੋਂ ਉਹ ਸਤਿਭਾਵਨਾ ਰੈਲੀਆਂ ਦੇ ਵਿੱਚ ਉਹ ਅਗਰੈਸਿਵ ਮੋਡ 'ਚ ਨੇ ਕਾਂਗਰਸ ਤੇ ਵੀ ਅਟੈਕ ਕੀਤੇ ਉਹਨਾਂ ਨੇ ਅਤੇ ਆਮ ਆਦਮੀ ਪਾਰਟੀ ਤੇ ਵੀ ਬਹੁਤ ਅਗਰੈਸਿਵ ਮੋਡ 'ਚ ਨੇ ਤੇ ਖਾਸ ਕਰਕੇ ਉਸ ਮੁੱਦੇ ਤੇ ਕਿ ਜਿਹੜਾ ਪੀਸ ਦਾ ਮੁੱਦਾ ਕਾਂਗਰਸ ਪਾਰਟੀ ਜਿਹੜੀ ਡਿਸਟਰਬ ਕਰਨਾ ਚਾਹੁੰਦੀ ਹੈ ਬੰਦ ਕਰਨਾ ਚਾਹੁੰਦੀ ਹੈ ਮਤਲਬ ਉਸ ਮੁੱਦੇ ਤੇ ਅਗਰੈਸਿਵ ਨੇ ਉਹਦਾ ਕੋਈ ਬਹੁਤਾ ਜਵਾਬ ਨਹੀਂ ਦਿੱਤਾ ਅੱਜ ਉੱਥੇ ਹਾਂ ਜਿਹੜੀ ਕਾਂਗਰਸੀ ਰੈਲੀ ਸੀ ਉਹ ਚ ਦੋ ਤਿੰਨ ਗੱਲਾਂ ਜਿਹੜੀਆਂ ਨੋਟੇਬਲ ਹੈਗੀਆਂ ਸੀ ਜੇ ਅਮਰਿੰਦਰ ਦੇ ਭਾਸ਼ਣ ਤੋਂ ਇਲਾਵਾ ਹਮ ਇੱਕ ਤਾਂ ਉਹਨਾਂ ਨੇ ਅੱਜ ਅਪੀਅਰੈਂਟਲੀ ਯੂਨਾਈਟਿਡ ਫੇਸ ਪਾਰਟੀ ਦਾ ਦਿੱਤਾ ਹਮ ਕਿ ਸਾਰੇ ਇਕੱਠੇ ਹੋਏ ਹਮ ਉੱਥੇ ਕੋਈ ਉਹਨਾਂ ਦਾ ਆਪਸ ਵਿੱਚ ਕੋਈ ਉਸ ਤਰ੍ਹਾਂ ਦਾ ਇਹ ਨਹੀਂ ਲੱਗਿਆ ਕਾਰਵਾਈ ਜਿਵੇਂ ਆਮਦਰ ਦੇ ਸਰੀ ਜਾਂਦੀ ਲੜਾਈ ਹੋ ਜਾਂਦੀ ਹੁੰਦੀ ਕਿ ਵੇਰੀ ਜਾਂ ਜਾਂ ਬੋਲ ਚਾਲ ਚ ਵੀ ਇੱਦਾਂ ਭਲੇ ਇੱਕ ਤਰ੍ਹਾਂ ਦਾ ਹੋਣਾ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਵੀ ਆਏ ਪਠੜਵੀ ਆਏ ਤੇ ਸੁਨੀਲ ਜਾਖੜ ਤਾਂ ਹੈਗੇ ਸੀ ਹੈਗੇ ਸੀ ਸੋ ਇੱਕ ਤਾਂ ਯੂनाइटेड ਫੇਸ ਉਹਨਾਂ ਦਾ ਇੱਕ ਪ੍ਰੈਜ਼ੈਂਟੇਡ ਹੋਇਆ ਬਾਜਪਾ ਵਿੱਚ ਕੁਝ ਵੀ ਹੋਵੇ ਅੰਦਰ ਇਹ ਲੋਕਾਂ ਸਾਹਮਣੇ ਉਹਨਾਂ ਦਾ ਇੱਕ ਇਹ ਅਸਪੈਕਟ ਹੈਗਾ ਦੂਜਾ ਉਹਨਾਂ ਦੀ ਜਿਹੜੀ ਦਿੱਲੀ ਸੀਗੀ ਜਿਵੇਂ ਖਾਲੀਦਲ ਦੀ ਰੈਲੀ ਨਾ ਜਿਹੜੀ ਬੜੀ ਸੱਜੀ ਸਵਾਰੀ ਆ ਖਾਲੀਦਲ ਨੂੰ ਮੇਰੇ ਖਿਆਲ ਇਹਨਾਂ ਕੋਲ ਸਕਿੱਲ ਇਹਨਾਂ ਦਾ ਤਜਰਬਾ ਆ ਰਿਹਾ ਹੈ ਮੈਨੇਜਮੈਂਟ ਹੋ ਗਈ ਹੈ ਬਹੁਤ ਬਿਹਤਰ ਹੈ ਝੰਡੇ ਮਾਟੋ ਉਹਨਾਂ ਦੀ ਜਿਹੜੀ ਆਲਾ ਦੋਲਾ ਰੰਗ ਜੀ ਨੂੰ ਆਪਾਂ ਕਹਿੰਦੇ ਲੈ ਕੇ ਰੈਲੀ ਦਾ ਰੰਗ ਰੂਪ ਜਿਵੇਂ ਉਹ ਨਵੀਂ ਵਿਆਹੀ ਉਹ ਹੁੰਦੀ ਹੈ ਨਾ ਜਨਮ ਦਿਨ ਉਹ ਸਜਾਉਂਦੇ ਹੁੰਦੇ ਮਲੇਸਤਰਾ ਇਸ ਜਿਆਦਾ ਇਹ ਇਹਨਾਂ ਕੋਲ ਸਕਿੱਲ ਹੈਗੀ ਹੁਣ ਕਾਂਗਰਸ ਪਾਰਟੀ ਦੀ ਉਹ ਸਾਜਿਸ਼ ਹੈ ਹਵਟ ਨਹੀਂ ਸੀਗੀ ਹਮ ਰੈਲੀ ਠੀਕ ਸੀ ਪਰ ਉਹ ਸਾਜਿਸ਼ਾਂ ਉੱਠਣ ਦੀ ਝੰਡੇ ਨੂੰ ਬਹੁਤ ਜ਼ਿਆਦਾ ਉਤਜ ਨਹੀਂ ਸੀ ਇਸ ਦੇ ਇਸ ਤਰ੍ਹਾਂ ਦੇ ਤੇ ਜਿਹੜੇ ਤੁਸੀਂ ਕੰਟੈਂਟ ਦੀ ਗੱਲ ਕਰਦੇ ਹੋ ਅਮਰਿੰਦਰ ਸਿੰਘ ਦੀ ਸਪੀਚ ਦੀ ਗੱਲ ਕਰਦੇ ਹੋ ਉਹ ਤਾਂ ਅਮਰਿੰਦਰ ਸਿੰਘ ਦੀ ਉਸ ਵਿੱਚ ਬਹੁਤ ਪਹਿਲਾਂ ਜਿਹੇ ਖੁੰਡੇ ਵਾਲੀ ਟੋਨ ਤਾਂ ਨਹੀਂ ਸੀ ਖੁੰਡੇ ਵਾਲੀ ਟੋਨ ਤਾਂ ਨਹੀਂ ਸੀ ਫਿਰ ਵੀ ਉਹਨਾਂ ਨੇ ਗੱਲਾਂ ਕੀਤੀਆਂ ਉਹ ਜਿਹੜੀਆਂ ਚੈਲੰਜ ਬਾਰੇ ਜਿਹੜੀਆਂ ਵੀ ਕੀਤੀਆਂ ਆਪਣੀਆਂ ਜਿਹੜੀਆਂ ਜਿਹੜੀਆਂ ਉਹ ਕਰਦੇ ਵੀ ਹੁੰਦੇ ਆਪਣੀਆਂ ਬੜਕਾ ਵੀ ਮਾਰਦੇ ਹੁੰਦੇ ਉਹ ਵੀ ਠੀਕ ਹੈ ਤੇ ਪਰ ਜਿਹੜੀ ਬੋਡੀ ਲੈਂਗੁਏਜ ਜਿਹੜੀ ਮੈਂ ਬਹੁਤ ਅਗਰੈਸਿਵ ਉਹਨਾਂ ਦਾ ਨੀ ਪੋਸਚਰ ਸੀਗਾ ਹੂੰ ਆ ਜਾਇਆ ਕਰੋ ਕਿ ਚਲੋ ਉਥੇ ਜਿਹੜੇ ਆਡੀਆ ਉਹਨਾਂ ਦੀ ਜਿਹੜੀ ਗੈਦਰਿੰਗ ਚ ਉਹਨਾਂ ਦੇ ਜਿਹੜੇ ਸਪੋਰਟ ਸੀ ਫਿਜ਼ੀਕਲ ਫਿਟਨੈਸ ਦੇ ਪੁਆਇੰਟ ਆ ਫਿਜ਼ੀਕਲ ਫਿਟਨੈਸ ਉਹਨਾਂ ਦੀ ਉਹ ਤਾਂ ਹੈਗੀ ਹੈਗੀ ਦਿਸ ਦਿਸਦੀ ਹੈ ਤੁਹਾਡੇ ਜਿਵੇਂ ਬੋਲ ਰਹੇ ਸੀ ਉਹਨਾਂ ਨੂੰ ਸਾਹ ਸਾਹ ਚੜਦਾ ਉਹ ਉਹਨਾਂ ਦੀ ਉਹ ਉਹਨਾਂ ਦੀ ਜਿਹੜੀ ਪਹਿਲਾਂ ਵੀ ਜਦੋਂ ਰੈਲੀਆਂ ਚ ਬੋਲਦੇ ਜਿਹਾ ਉਹ ਉਹਨਾਂ ਦੀ ਸਮੱਸਿਆ ਹੈਗੀ ਹੂੰ ਉਹ ਉਹ ਸਾਹ ਲਈ ਜਿਹੜੀ ਥੋੜੀ ਜਿਹੀ ਉਹ ਬੋਲਣ ਚ ਵੈਸੇ ਵੀ ਅਮਰਿੰਦਰ ਸਿੰਘ ਜਿਹੜੇ ਪੰਜਾਬੀ ਦੇ ਭਾਸ਼ਾ ਦੇ ਬੈਸਟ ਓਰੇਟਰ ਹੈ ਹੀ ਵਧੀਆ ਓਰੇਟਰ ਹੈ ਹੀ ਨਹੀਂ ਉਹ ਹੂੰ ਤੁਸੀਂ ਉਹਨਾਂ ਨੂੰ ਅੰਗਰੇਜ਼ੀ ਬੋਲਦੇ ਦੇਖੋ ਤੇ ਅੰਗਰੇਜ਼ੀ ਦੇ ਬਹੁਤ ਅੱਛੇ ਓਰੇਟਰ ਨੇ ਉਹ ਉਹਦਾ ਇਹ ਕਮਿਊਨੀਕੇਸ਼ਨ ਸਕਿੱਲ ਜਿਹੜੀ ਅੰਗਰੇਜ਼ੀ ਦੀ ਹੈ ਜੋ ਉਹਨਾਂ ਦੀ ਉਹ ਪੰਜਾਬੀ ਦੀ ਨਹੀਂ ਹੈ ਇੱਕ ਤਾਂ ਇਹ ਇਹ ਵੈਸੇ ਹੀ ਉਹਨਾਂ ਦੀ ਇੱਕ ਲਿਮਿਟੇਸ਼ਨ ਹੈ ਲਿਮਿਟੇਸ਼ਨ ਹੈਗੀ ਤੇ ਬੜਕਾ ਪੰਜਾਬੀ ਚ ਮਾਰ ਲੈਂਦੇ ਨੇ ਉਹ ਪਰ ਉਹ ਲਿਮਿਟੇਸ਼ਨ ਹੈਗੀ ਹੈ ਪਰ ਪਰ ਮੇਰੀ ਐਕਸਪੈਕਟੇਸ਼ਨ ਜੋ ਮੈਂ ਕਹਿੰਦਾ ਸੀ ਵੀ ਕੋ ਬਹੁਤ ਉਸ ਤਰ੍ਹਾਂ ਉਹ ਜਿਹੜਾ ਅਗਰੈਸਿਵ ਪੋਸਚਰ ਬਣਾਉਣਗੇ ਜਾਂ ਉਹ ਬਹੁਤ ਇਨਸਪਾਇਰਿੰਗ ਸਪੀਚ ਹੋਏਗੀ ਉਹਨਾਂ ਦੀ ਇਦਾਂ ਨਹੀਂ ਮੈਨੂੰ ਲੱਗਾ ਕੋਈ ਹਮ ਮਤਲਬ ਕਿ ਉਹ ਉਹਦੀ ਉਹਦੇ ਬਾਲੀ ਸਾਹਿਬ ਜਿਹੜੀ ਹੈ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਵੀ ਚਲੋ ਉਹ ਚੀਜ਼ ਨਹੀਂ ਹੋਈ ਅਗਰ ਮੈਂ ਬਤੌਰ ਜਰਨਲਿਸਟ ਗੱਲ ਕਰਦਾ ਤਾਂ ਮੇਰੇ ਤੇ ਵੀ ਇਹ ਪ੍ਰਭਾਵ ਇਸ ਚੀਜ਼ ਦਾ ਮੈਂ ਬੜਾ ਟੂ ਬੀ ਫ੍ਰੈਂਕਲੀ ਮੈਂ ਇਹ ਚੀਜ਼ ਕਹਿਣਾ ਕਿ ਅਸੀਂ ਜੋ ਐਕਸਪੈਕਟ ਕਰਦੇ ਆ ਕਿ ਯਾਰ ਇੱਕ ਲੀਡਰ ਇਸ ਤਰੀਕੇ ਦੀ ਗੱਲਬਾਤ ਕਰੇਗਾ ਅਗਰ ਉਹ ਨਾ ਨਿਕਲ ਕੇ ਆਵੇ ਤਾਂ ਘਟੋ ਘਟ ਜਰਨਲਿਸਟਾਂ ਨੂੰ ਉਹ ਚੀਜ਼ ਥੋੜੀ ਜੀ ਜ਼ਰੂਰ ਕਰਦੀ ਹੈ ਡਿਪਰੈਸ ਹੈ ਨਾ ਸੋ ਉਹਦੇ ਵਿੱਚ ਜਿਹੜੀਆਂ ਗੱਲਾਂ ਹੋਈਆਂ ਨੇ ਜੀ ਜਿਹੜੀ ਮਿਨੀ ਮੈਨੀਫੈਸਟੋ ਦੀ ਗੱਲ ਹੋਈ ਹੈ ਵੀ ਬਿਜਲੀ ਹੋਗੀ ਆਟਾ ਦਾਲ ਸਕੀਮ ਹੋਗੀ ਅਸੀਂ ਬੇਰੋਜ਼ਗਾਰੀ ਦੂਰ ਕਰਾਂਗੇ ਕਰਪਸ਼ਨ ਸ਼ਗਨ ਸਕੀਮ ਪੈਨਸ਼ਨ ਇਹਦੇ ਵਿੱਚ ਨਵਾਂ ਕੀ ਹੈ ਇਹ ਤੁਸੀਂ ਫਿਰ ਇਹਦਾ ਵੱਲੋਂ ਅਕਾਲੀ ਦਲ ਦੀ ਲੜੀ ਨੂੰ ਅੱਗੇ ਵਧਾਤਾ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਜਿੱਦਾਂ ਦੀ ਉਹਨਾਂ ਨੇ ਗੱਲਾਂ ਕਹੀਆਂ ਹੈ ਗਏ ਨੇ ਬਿਜਲੀ ਪਾਣੀ ਦੀ ਔਰ ਦਾਲ ਆਟਾ ਸਕੀਮ ਦੀ ਇਹੋ ਜੀ ਕੋਈ ਗੱਲ ਨਹੀਂ ਅਗਰ ਅੱਜ ਮੋਦੀ ਸਰਕਾਰ ਵੀ ਹਿੰਦੁਸਤਾਨ ਦੇ ਅੰਦਰ ਬੈਠੀ ਹੈ ਅਗਰ ਬੀਜੇਪੀ ਵੀ ਹੈ ਅਗਰ ਮਨਮੋਨ ਸਿੰਘ ਸਾਹਿਬ ਦੀ ਕੋਈ ਅੱਛੀ ਗੱਲ ਸੀ ਤੇ ਗਵਰਨਮੈਂਟ ਆਫ ਇੰਡੀਆ ਮਾਨਯਾ ਸ਼੍ਰੀ ਮੋਦੀ ਜੀ ਨੇ ਵੀ ਉਸ ਚੀਜ਼ ਨੂੰ ਅਪਣਾਇਆ ਹੈਗਾ ਅਗਰ ਅਕਾਲੀ ਦਲ ਕੋਈ ਅੱਛੀ ਕੰਮ ਕਰ ਰਿਹਾ ਹੈਗਾ ਤੇ ਉਹਦੇ ਚ ਕਾਂਗਰਸ ਨੂੰ ਅਪਣਾਨ ਚ ਕੀ ਇਤਰਾਜ਼ ਹੈ ਐਕਚੁਅਲੀ ਅਗਰ ਅਕਾਲੀ ਦਲ ਨੇ ਕੋ ਤੁਸੀਂ ਇਹ ਮੰਨਦੇ ਹੋ ਇੱਕ ਸਕਿੰਟ ਅਕਾਲੀ ਦਲ ਛੇ ਕੰਮ ਕਰ ਰਿਹਾ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਮੈਂ ਤੁਹਾਨੂੰ ਇਹ ਕਹਿ ਰਿਹਾ ਅਗਰ ਕੋਈ ਸਕੀਮ ਅੱਛੀ ਹੈ ਤਾਂ ਅਗਰ ਕੋਈ ਅੱਛੀ ਸਕੀਮ ਮਨਮੋਹ ਜੀ ਆਟਾ ਦਾਲ ਮੁਫਤ ਬਿਜਲੀ ਪਾਣੀ ਮੈਂ ਇਸ ਪਾਸੇ ਵਾ ਜਾ ਹੀ ਨਹੀਂ ਤੈਨਸ਼ਨ ਸ਼ਗਨ ਨਹੀਂ ਮੈਂ ਇਸ ਪਾਸੇ ਨਹੀਂ ਉਹਨਾਂ ਦੀ ਰਾਸ਼ੀ ਵਧਾ ਦਿੰਦੇ ਨਹੀਂ ਨਹੀਂ ਮੈਂ ਰਾਸ਼ੀ ਵਧਾਤੀ ਬਹੁਤ ਅੱਛੀ ਗੱਲ ਹੈ ਹੁਣ ਤੁਸੀਂ ਰਾਸ਼ੀ ਤੋਂ ਗੱਲ ਯਾਦ ਕਰਾਤੀ ਇੱਕ 500 ਰੁਪਿਆ ਇਹ ਪੈਨਸ਼ਨ ਦਿੰਦੇ ਨੇ ਵਡਾਪਾ ਪੈਨਸ਼ਨ ਦਿੰਦੇ ਨੇ ਮੈਂ ਤਾਂ ਨਾ ਵਟੋ ਸਾਨੂੰ ਬਜ਼ੁਰਗ ਕਹਾਂਗਾ ਨਾ ਮੈਂ ਆਪਣੇ ਬਨੂ ਨਾ ਇਹਨਾਂ ਨੂੰ ਤੇ ਨਾ ਇਹਨਾਂ ਨੂੰ ਮੇਰਾ ਮਤਲਬ ਇਹ ਕਹਿੰਦਾ ਮੈਂ ਸਾਰਿਆਂ ਚੋਂ ਛੋਟਾ ਮੈਂ ਮੈਂ 500 ਰੁਪਇਆ ਤੁਸੀਂ ਪੈਨਸ਼ਨ ਦੇ ਰਹੇ ਹੋ ਵੜਾਪਾ ਔਰ 250 ਰੁਪਇਆ ਤੁਸੀਂ ਦਾਲ ਦੇ ਰਹੇ ਹੋ ਕਿਲੋ ਤੇ ਤੁਸੀਂ ਅੰਦਾਜ਼ਾ ਲੈ ਲਓ ਕਿ ਬਜ਼ੁਰਗ ਇੱਕ ਸੈਕਿੰਡ ਜੇ ਜੇ ਅਗਲੇ ਦਿਨਾਂ ਇਹਨਾਂ ਨੇ 2000 ਕਰਤੀ ਫਿਰ ਤੁਹਾਡਾ ਮੈਨੀਫੈਸਟੋ ਨਹੀਂ ਨਹੀਂ ਮੈਂ ਨਹੀਂ ਅਗਲੇ ਦਿਨਾਂ ਜਦੋਂ ਕਰਨਗੇ ਫਿਰ ਵੇਖਾਂਗੇ ਮੇਰੀ ਗੱਲ ਸੁਣੋ ਬਜ਼ੁਰਗ ਆਦਮੀ ਨੂੰ ਕਿੰਨੀ ਜ਼ਰੂਰਤ ਹੁੰਦੀ ਹੈ ਪੈਸੇ ਦੀ ਮਤਲਬ ਤੁਸੀਂ ਦੇਖੋ ਮੈਂ ਕਹਿੰਨਾ ਬਜ਼ੁਰਗੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਚ ਕਹਤੀ ਮੇਰੇ ਕਹਨਾ ਮਤਲਬ ਹੈ ਕਿ ਤੁਸੀਂ ਉਹਦੇ ਚ ਨਵਾਂ ਕੀ ਦਿੱਤਾ ਦੂਸਰੀ ਦੂਸਰੀ ਗੱਲ ਤੁਸੀਂ ਮੈਨੀਫੈਸਟੋ ਤੇ ਆ ਕੇ ਮੈਂ ਪਹਿਲੇ ਇਹਨਾਂ ਦੀ ਗੱਲ ਦਾ ਜਵਾਬ ਦੇਦਾ ਇਹਨਾਂ ਨੇ ਸ਼੍ਰੀ ਪ੍ਰਤਾਪ ਸਿੰਘ ਬਾਜਵਾ ਜੀ ਦੇ ਬਾਰੇ ਕਿਹਾ ਕਿ ਉਹ ਫੇਲ ਹੋ ਗਏ ਤੇ ਉਹਨਾਂ ਨੇ ਅਮਰਿੰਦਰ ਸਿੰਘ ਜੀ ਨੂੰ ਲਾਤਾ ਅਮਰਿੰਦਰ ਸਿੰਘ ਜੀ ਫੇਲ ਹੋ ਗਏ ਤੇ ਉਹਨਾਂ ਨੂੰ ਲਾਤਾ ਹੀ ਸਾਨੂੰ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਹੈਗੀ ਪ੍ਰਤਾਪ ਸਿੰਘ ਨਾ ਇਹ ਤਾਂ ਇਹ ਜਗ ਜाहिर ਨਹੀਂ ਇਹ ਸਾਡੀ ਕਾਂਗਰਸ ਦੀ ਜੋ ਰਾਹੁਲ ਗਾਂਧੀ ਕਹਿਣਗੇ ਉਹ ਉਹਨਾਂ ਨੇ ਨਵਾਂ ਪ੍ਰੈਜ਼ੀਡੈਂਟ ਲਾਣਾ ਹੈ ਉਹਨਾਂ ਨੇ ਦੇਖਣਾ ਉਹਨਾਂ ਨੂੰ ਲਾਦਣਾ ਤੁਸੀਂ ਇਹ ਕਹੋਗੇ ਕਿ ਸਾਡਾ ਫੇਲਿਓਰ ਹੈ ਜੇ ਤੁਸੀਂ ਪਿੱਛੋਂ ਹਾਰ ਗਏ ਤਾਂ ਇਹਦਾ ਮਤਲਬ ਤੁਹਾਡਾ ਫੇਲਿਅਰ ਹੈ ਇਹ ਹਾਰ ਜਿੱਤ ਲੱਗੀ ਆਈ ਹੈ ਇਹਨਾਂ ਚੀਜ਼ਾਂ ਨੂੰ ਚੈਲੰਜ ਨਾ ਕਰੋ ਸਭ ਤੋਂ ਜ਼ਿਆਦਾ ਸਪੀਚ ਵਿੱਚ ਇੱਕ ਸਕੰਡ ਸਰ ਸਭ ਤੋਂ ਜ਼ਿਆਦਾ ਸਪੀਚ ਮੈਂ ਤੁਹਾਡੀ ਸੁਣ ਰਿਹਾ ਸੀ ਪਿੱਛੇ ਰੈਲੀ ਦੇ ਵਿੱਚ ਤੁਸੀਂ ਅਮਰਿੰਦਰ ਸਿੰਘ ਅਮਰਿੰਦਰ ਸਿੰਘ ਅਮਰਿੰਦਰ ਸਿੰਘ ਲਾਈ ਹੋਈ ਸੀ ਇੰਨੇ ਡਰ ਕੇ ਤੁਸੀਂ ਅਮਰਿੰਦਰ ਸਿੰਘ ਕੋਲੋਂ ਪੰਜਾਬ ਦੇ ਵਿੱਚ ਮੈਨੂੰ ਇਹ ਨਹੀਂ ਤੁਸੀਂ ਉਹਨਾਂ ਨੂੰ ਫੇਰ ਨਹੀਂ ਜੁਲਾ ਸਾਹਿਬ ਵੀ ਇਹਦਾ ਜਵਾਬ ਦੇਣ ਕਿ ਜੁਲਾ ਸਾਹਿਬ ਕਹਿ ਰਹੇ ਸੀ ਦੋਨੇ ਗੱਲਾਂ ਮੇਰੀਆਂ ਜਿਹੜੀਆਂ ਇਹ ਗੱਲ ਕਰ ਰਹੇ ਔਰ ਮੇਰੀ ਦੂਸਰੀ ਜਿਹੜੀ ਮੈਨੀਫੈਸਟੋ ਮਿੰਨੀ ਮੈਨੀਫੈਸਟੋ ਵਾਲੀ ਗੱਲ ਜਿੱਥੋਂ ਤੱਕ ਜੀ ਪੰਜਾਬ ਸਰਕਾਰ ਸਤੇ ਕਰੇ ਜੋ ਡਿਵੈਲਪਮੈਂਟ ਕਰਾਈ ਹੈ ਜੋ ਸਕੀਮਾਂ ਲਿਆਂਦੀਆਂ ਨੇ ਬਿਜਲੀ ਪਾਣੀ ਬਿਜਲੀ ਜੇ ਅਸੀਂ ਮੁਫਤ ਦੇ ਰਹੇ ਹਾਂ ਤੇ 1997 ਚ ਸਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀ ਤੇ 2002 ਚ ਕੈਪਟਨ ਬਰਿੰਦਰ ਸਿੰਘ ਦੀ ਸਰਕਾਰ ਆਈ ਤੇ ਇਹਨਾਂ ਨੇ ਉਸ ਤੋਂ ਪਹਿਲਾਂ ਵਾਅਦਾ ਕੀਤਾ ਸਾਡੀ ਸਰਕਾਰ ਬਣਾਉਗੇ ਬਿਜਲੀ ਮੁਫਤ ਰਹੂਗੀ ਤੇ ਮੇਰਾ ਖਿਆਲ 6 ਮਹੀਨੇ ਦੇ ਵਿੱਚ ਵਿੱਚ ਬਿੱਲ ਲਾ ਤੇ ਤੇ ਪੂਰੇ 4 ਸਾਲ ਗੁਰਾਏ ਡੰਡੇ ਨਾਲ ਗੁਰਾਏ ਲੋਕਾਂ ਦੇ ਕਨੈਕਸ਼ਨ ਕੱਟੇ ਕਿਸਾਨ ਫੜ ਕੇ ਅੰਦਰ ਦਿੱਤੇ ਡਾਂਗ ਵਾਈ ਤੇ ਮਗਰਲੇ 6 ਮਹੀਨੇ ਜਿਹੜੇ ਰਹਿ ਗਏ ਸੀ 2007 ਤੋਂ ਪਹਿਲਾਂ ਹਾਂਜੀ ਉਦੋਂ ਇਹਨਾਂ ਨੇ ਬਿੱਲ ਮਾਫ ਕੀਤੇ ਇਹਨਾਂ ਤੇ ਗੱਲ ਤੇ ਵਿਸ਼ਵਾਸ ਕਿਹੜਾ ਕਰੇ ਅੱਜ ਗੁਟਕਾ ਸਾਫ ਫੜ ਫੜ ਕੇ ਵਿਸ਼ਵਾਸ ਦਉਂਦੇ ਲੋਕਾਂ ਨੂੰ ਵੀ ਸਾਡੀ ਜ਼ਬਾਨ ਤੇ ਤੁਹਾਨੂੰ ਵਿਸ਼ਵਾਸ ਨਹੀਂ ਰਿਹਾ ਕਿ ਗੁਟਕਾ ਸਾਫ ਫੜ ਕੇ ਕਿੰਨੇ ਆ ਤੁਹਾਡੇ ਗੁਟਕਾ ਸਾਫ ਫੜ ਕੇ ਵੀ ਲੋਕਾਂ ਨੂੰ ਵਿਸ਼ਵਾਸ ਨਹੀਂ ਕੈਪਟਨ ਅਮਰਿੰਦਰ ਸਿੰਘ ਜੀ ਕਿਉਂਕਿ ਜੋ ਤੁਸੀਂ ਕਹਿੰਦੇ ਜੇ ਤੁਸੀਂ ਉਸ ਤੇ ਅਜੇ ਤੱਕ ਪੂਰੇ ਨਹੀਂ ਉਤਰੇ ਔਰ ਜਿੱਥੋਂ ਤੱਕ ਅ ਰੈਲੀਆਂ ਦੀ ਗੱਲ ਹੈ ਰੈਲੀਆਂ ਦੇ ਵਿੱਚ ਜਿਸ ਤਰ੍ਹਾਂ ਭੱਲੀ ਸਾਹਿਬ ਨੇ ਉਹ ਦੱਸ ਦਿੱਤਾ ਹੈ ਕਿ ਬਾਡੀ ਲੈਂਗੁਏਜ ਜਿਹੜੀ ਹੈ ਲੀਡਰ ਨੂੰ ਜਦੋਂ ਉਤਸ਼ਾਹ ਹੋਵੇ ਵਰਕਰਾਂ ਦੇ ਵਿੱਚ ਉਤਸ਼ਾਹ ਹੋਵੇ ਜਜਬਾ ਹੋਵੇ ਤੇ ਫਿਰ ਲੀਡਰ ਦੀ ਵੀ ਜਿਹੜੀ ਬਾਡੀ ਲੈਂਗੁਏਜ ਆਪਣੇ ਆਪ ਨਜ਼ਰ ਆਉਂਦੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਤੇ ਅੱਜ ਕਾਂਗਰਸ ਦੀ ਜਿਹੜੀ ਪਾਟੋ ਧਾੜ ਤੇ ਕਾਂਗਰਸ ਦਾ ਜਿਹੜਾ ਆਉਣ ਵਾਲਾ ਫਿਊਚਰ ਦਿਸ ਰਿਹਾ ਹੈ ਉਹਦੇ ਕਰਕੇ ਅੱਜ ਜਿਹੜੀ ਬੈਂਡ ਬਾਡੀ ਲੈਂਗੁਏਜ ਸੀਗੀ ਉਂਗਲ ਵੀ ਕੰਬਦੀ ਸੀ ਹੱਥ ਵੀ ਕੰਬਦਾ ਸੀ ਸਾਹ ਵੀ ਚੜਦਾ ਸੀ ਤੇ ਜਿਹੜੀ ਅੱਗੇ ਗਰਜ ਤੇ ਵੜਕ ਹੁੰਦੀ ਸੀ ਅੱਜ ਕਿਤੇ ਨਜ਼ਰ ਨਹੀਂ ਆਈ ਕਿਤੇ ਵੀ ਨਜ਼ਰ ਨਹੀਂ ਆਈ ਇਸ ਕਰਕੇ ਜਿਹੜਾ ਆ ਸ਼ਰੋਮਣੀ ਅਕਾਲੀ ਦਲ ਹੋ ਸਰ ਇਹ ਐਸਆਰਟੀ ਸਾਡੀ ਸਿੰਪਲ ਰੈਲੀ ਪਰ ਇਹਨਾਂ ਦੀ ਗਵਰਨਮੈਂਟ ਰੈਲੀ ਤੁਸੀਂ ਅੰਦਾਜ਼ਾ ਲਾ ਲਓ ਵੀ ਸਾਡਾ ਕਿੰਨਾ ਫਰਕ ਆ ਤੇ ਇਹਨਾਂ ਦਾ ਕਿੰਨਾ ਫਰਕ ਆ ਚਲੋ ਇਹ ਵੀ ਗੱਲ ਮੰਨ ਲਓ ਇਹ ਵੀ ਗੱਲ ਮੰਨ ਲਓ ਮੈਂ ਦੂਜੀ ਗੱਲ ਕਰਾਂ ਜੀ ਇਹੋ ਅੱਜ ਤੁਸੀਂ ਅਸੀਂ ਆਪ ਇਸ ਗੱਲੋਂ ਹੈਰਾਨ ਹੈ ਕਿ ਪੰਜਾਬ ਦਾ ਨੌਜਵਾਨ ਸ਼ਰੋਮਣੀ ਅਕਾਲੀ ਦਲ ਦੀਆਂ ਰੈਲੀਆਂ ਦੇ ਵਿੱਚ ਜਿਸ ਤਰ੍ਹਾਂ ਵੱਧ ਚੜ ਕੇ ਹਿੱਸਾ ਲੈ ਰਿਹਾ ਜਿਸ ਤਰ੍ਹਾਂ ਰਿਹਾ ਅਸੀਂ ਆਪ ਹੈਰਾਨ ਹੈ ਪੀ ਪੰਜਾਬ ਦਾ ਯੂਥ ਜਿਹੜਾ ਔਰ ਇਹ ਮਕਸਦ ਦੀ ਗੱਲ ਕਰਦੇ ਸੀ ਭਾਦਰਾ ਸਾਹਿਬ ਕੱਲ ਮੈਂ ਸੁਣ ਰਿਹਾ ਸੀ ਕੱਲ ਕੱਲ ਵੀ ਸੁਣ ਰਿਹਾ ਸੀ ਮੈਂ ਇਹਨਾਂ ਦੀ ਇਹਨਾਂ ਦੀ ਮੈਂ ਗੱਲ ਜੀਤਾਂ ਦਾ ਇਹਦਾ ਮਤਲਬ ਹੁਣ ਤੁਸੀਂ ਯੂਥ ਦੇ ਚੌੜਾ ਜ਼ਿਆਦਾ ਫੋਕਸ ਅਗਲੇ ਦਿਨਾਂ ਦੇ ਵਿੱਚ ਤੁਹਾਨੂੰ ਕਰਨਾ ਪਊਗਾ ਜੀ ਪਾਜੀ ਯੂਥ ਮੈਂ ਪਾਜੀ ਬਠਿੰਡੇ ਚ ਜਾਣਾ ਮੈਂ ਮਕਸਦ ਆਦਾ ਮੈਂ ਮਕਸਦ ਆਦਾ ਤੁਸੀਂ ਸਮਝੋਗੇ ਯੂਥ ਕਿ ਅਗਲੇ ਦਿਨਾਂ ਦੇ ਵਿੱਚ ਤੁਸੀਂ ਯੂਥ ਵਾਸਤੇ ਵੀ ਕੋਈ ਸਪੈਸ਼ਲ ਚੀਜ਼ ਤੁਹਾਨੂੰ ਬਰਾਬਰ ਦਾ ਟਾਈਮ ਮਿਲਣਾ ਚਾਹੀਦਾ ਇਹ ਗੱਲ ਠੀਕ ਨਹੀਂ ਹੈ ਨਹੀਂ ਨਹੀਂ ਦੇਖੋ ਨਹੀਂ ਨਹੀਂ ਮੈਂ ਤੇ ਉਹਨਾਂ ਨੂੰ ਉਹ ਜਿਹੜੀ ਗੱਲ ਕਰ ਰਹੇ ਆ ਉਹਨੂੰ ਪੁਆਇੰਟ ਆਊਟ ਕਰ ਇਹਨਾਂ ਪਾਰਟੀਆਂ ਨੂੰ ਜ਼ਿਆਦਾ ਟਾਈਮ ਦੇਣੇ ਨਹੀਂ 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 ਮੈਂ ਇਹਨਾਂ ਮਕਸਦ ਦੀ ਗੱਲ ਕਰ ਰਿਹਾ ਤੁਸੀਂ ਉਹਨਾਂ ਨੂੰ ਆਪਣੀ ਗੱਲ ਕਰਨ ਦੋ ਕਰ ਲਿਆ ਇੰਝ ਗੱਲ ਮੈਂ ਬਾਅਦ ਚ ਕਰ ਲਿਓ ਬਾਅਦ ਚ ਕਰ ਲਿਓ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਹੂੰ ਦੇਖੋ ਪਹਿਲੀ ਗੱਲ ਤਾਂ ਮੈਂ ਕਰਦਾ ਕਿ ਇਹਨਾਂ ਨੇ ਜਿਹੜਾ ਮਿਨੀ ਮੈਨੀਫੈਸਟੋ ਦੀ ਗੱਲ ਹੈ ਹੁਣ ਮਿਨੀ ਮੈਨੀਫੈਸਟੋ ਮੈਂ ਤੁਹਾਡੇ ਤੋਂ ਦੋਨਾਂ ਦਾ ਰਿਪਲਾਈ ਲੈਣਾ ਹੈ ਇਸ ਲਈ ਤੁਹਾਨੂੰ ਬੇਟਕਾ ਦੋਨਾਂ ਦਾ ਜਵਾਬ ਦੇਵਾਂਗਾ ਤੁਹਾਨੂੰ ਮਿਨੀ ਮੈਨੀਫੈਸਟੋ ਦੀ ਗੱਲ ਹੈ ਹੂੰ ਇਹ ਕੋਈ ਮੈਨੀਫੈਸਟੋ ਨਹੀਂ ਹੂੰ ਝੂਠੇ ਆਦਮੀ ਦਾ ਕੋਈ ਵਾਅਦਾ ਉਦੀ ਕੋਈ ਵੈਲਿਊ ਨਹੀਂ ਭਰਤਵਾਜ ਜੀ ਉਹਨਾਂ ਦੇ ਖਾਸ ਰਹੇ ਆ ਖਾਸ ਸਰਪਾਇਜ਼ਰ ਰਹੇ ਆ ਨਾਲ ਉਹਨਾਂ ਦੇ ਨਹੀਂ ਮੈਂ ਆਪਣੀ ਗੱਲ ਨਹੀਂ ਕਰਦਾ ਮੈਂ ਤਾਂ ਪਾਰਟੀ ਦੀ ਗੱਲ ਕਰਦਾ ਇਹ ਵੇਖਿਆ ਨਾ ਵੀ ਝੂਠੇ ਐਸੇ ਕਰਕੇ ਆ ਗਏ ਅੱਛਾ ਹੁਣ ਕਹਾ ਫਿਰ ਝੂਠਾ ਨਵਾ ਪੈ ਗਿਆ ਕਾਂਗਰਸ ਪਾਰਟੀ ਨੇ ਹੂੰ 2002 ਦੇ ਚੋਣ ਘੋਸ਼ਣਾ ਪੱਤਰ ਵਿੱਚ ਇਹ ਬਹੁਤ ਵੱਡਾ ਮੁੱਦਾ ਹੈ ਇਹ ਕਹਿਆ ਸੀ ਕਿ ਚੀਫ ਮਿਨਿਸਟਰ ਔਰ ਸਾਰੇ ਮਿਨਿਸਟਰ ਫੌਰਨ ਆਪਣੀ ਜਾਇਦਾਦ ਦਾ ਵੇਰਵਾ ਦੇਣਗੇ ਤੁਸੀਂ ਪੜ੍ਹ ਲਓ ਦੂਸਰੀ ਗੱਲ ਉਹਨਾਂ ਨੇ ਇਹ ਕਿ ਬੈਨੀਫੈਸਟ ਕਮੇਟੀ ਸ਼ਾਮਲ ਸੀ ਇਹ ਮੇਰੇ ਖਿਆਲ ਦੂਸਰੀ ਗੱਲ ਇਹ ਹੈ ਉਹਨਾਂ ਨੇ ਇਹ ਕਿ ਇਸੇ ਲਈ ਇਹਨਾਂ ਨੂੰ ਬੈਨੀਫੈਸਟ ਉਹਨਾਂ ਨੇ ਇਹ ਕਿਹਾ ਸੀ ਕਿ ਬਾਦਲ ਪਰਿਵਾਰ ਹੋਰ ਬਾਕੀ ਹੋਰ ਜਿਹੜੇ ਅਕਾਲੀ ਲੀਡਰ ਹਨ ਉਹਨਾਂ ਨੇ ਬਹੁਤ ਕਰਾਪਸ਼ਨ ਕੀਤਾ ਹੈ ਅਸੀਂ ਇੱਕ ਪਰਮਨੈਂਟ ਸਿਟਿੰਗ ਹਾਈ ਕੋਰਟ ਜੱਜ ਦੇ ਤਹਿਤ ਇੱਕ ਜੁਡੀਸ਼ੀਅਲ ਕਮਿਸ਼ਨ ਬਿਠਾਵਾਂਗੇ ਔਰ ਇਸ ਦੀ ਇਨਕੁਆਇਰੀ ਕਰਾਵਾਂਗੇ ਇਹ ਦੋਨੋਂ ਚੀਜ਼ਾਂ ਉਦਾਹਰਣ ਦੇ ਤੌਰ ਤੇ ਬਾਕੀ ਹੋਰ ਚੀਜ਼ਾਂ ਹੈ ਨੌਜਵਾਨਾਂ ਬਾਰੇ ਉਹਨਾਂ ਨੇ ਕਿਹਾ ਸੀ ਕਿ 18 ਸਾਲ ਸੇ ਚਲੋ ਆਪਾਂ ਉਹ ਸਾਰੇ ਨੂੰ ਮੈਨੀਫੈਸਟੋ ਡਿਸਕਸ ਕਰਾਂਗੇ ਮੋਟੇ ਮੋਟੇ ਸਵਾਲ ਹੀ ਹੈ ਸਵਾਲ ਇਹ ਹੈ ਤੁਸੀਂ ਕੀ ਕੀ ਕਿਉਂ ਸਟੰਗਲ ਕਹਿਣਾ ਕੀ ਚਾ ਰਹੇ ਹੋ ਕਿ ਇੰਨੀ ਅਹਿਮ ਚੀਜ਼ਾਂ ਇਹਨਾਂ ਨੇ ਮੈਨੀਫੈਸਟੋ ਵਿੱਚ ਕਹੀ ਹਾਂ ਔਰ ਕੋਈ ਕਿਸੇ ਤਰ੍ਹਾਂ ਦਾ ਫੁੱਲਫਿਲਮੈਂਟ ਨਹੀਂ ਕੀਤਾ ਇਸ ਕਰਕੇ ਜਿਹੜੇ ਰੈਲੀਆਂ ਦੇ ਵਿੱਚ ਲੋਕਾਂ ਨੂੰ ਤਾਲੀਆਂ ਬਜਵਾਉਣ ਲਈ ਇਹ ਦੋਨੋਂ ਪਾਰਟੀਆਂ ਵਾਅਦਾ ਕਰਦੀ ਹੈ ਉਨਾ ਦੀ ਅਸੀਂ ਕੋਈ अहमियत ਨਹੀਂ ਸਮਝਦੇ ਦੂਸਰੇ ਜੇ ਮੈਂ ਇੱਕ ਚੀਜ਼ ਹੋਰ ਕੈਪਟਨ ਅਮਰਿੰਦਰ ਸਿੰਘ ਨੂੰ ਹਮਮ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੈਂ ਬੜੇ ਅਦਬ ਨਾਲ ਕਹਿੰਦਾ ਹਮ ਕਿ ਆਪਣਾ 15 16 ਦਾ ਬਜਟ ਦੇਖ ਲੋ ਇਸ ਬਜਟ ਦੇ ਵਿੱਚ 21% ਪੈਸਾ ਪੰਜਾਬ ਸਰਕਾਰ ਜਿਹੜੀ ਖਰਚ ਕਰਦੀ ਹੈ ਉਹ ਕਰਜ਼ਾ ਹੁੰਦਾ ਹੈ 21% ਅਤੇ ਪੁਆਇੰਟ 07% 5% 0.075% ਸਿਰਫ ਵਿਕਾਸ ਤਰੱਕੀ ਲਈ ਡਿਵੈਲਪਮੈਂਟ ਐਕਸਪੈਂਡੀਚਰ ਕੈਪੀਟਲ ਐਕਸਪੈਂਡੀਚਰ ਹੁੰਦਾ ਸਾਹਮਣੇ ਨੇ ਨਾ ਮੈਂ ਇਹ ਕਹਿੰਦਾ ਮੈਂ ਕਹਿੰਦਾ ਜਦੋਂ ਤੁਸੀਂ ਵਾਅਦੇ ਕਰਦੇ ਹੋ ਬਾਲੀ ਸਾਹਿਬ ਤੇ ਵਲਟੋਆ ਸਾਹਿਬ ਨਾਲ ਇਹ ਵੀ ਦੱਸ ਦਿਓ ਨਾਲ ਇਹ ਵੀ ਦੱਸ ਦਿਓ ਕਿ ਤੁਸੀਂ ਨਾਲ ਇਹ ਵੀ ਦੱਸ ਦਿਓ ਕਿ ਤੁਸੀਂ ਪੈਸਾ ਕਿੱਥੋਂ ਲੈ ਕੇ ਆਓਗੇ ਕਿਸ ਤਰ੍ਹਾਂ ਕਰੋਗੇ ਤਾਂ ਕਿ ਲੋਕਾਂ ਨੂੰ ਯਕੀਨ ਹੋਵੇ ਕਿ ਜਿਹੜੀ ਤੁਸੀਂ ਵਾਅਦੇ ਕਰਦੇ ਹੋ ਉਹ ਤੁਸੀਂ ਪੂਰਾ ਵੀ ਕਰ ਲੋਗੇ ਵਰਨਾ ਉਹੀ ਹਾਲ ਹੋਣਾ ਹੈ ਵਾਅਦੇ ਤੁਸੀਂ 2002 ਵਿੱਚ ਕਿਤੇ 2007 ਵਿੱਚ ਵੀ ਕਿਤੇ ਦੋਨੋਂ ਪਾਰਟੀਆਂ ਦੀ ਗੱਲ ਕਰਦਾ ਕਿ ਬਾਰਾਸ਼ ਵੀ ਕਿਤੇ ਔਰ ਮੈਂ ਗਿਣਵਾ ਕੇ ਦਿੰਦਾ 240 ਵਾਅਦੇ ਕਿਤੇ ਸੀ ਅਕਾਲੀ ਪਾਰਟੀ ਨੇ 2012 ਵਿੱਚ 24 ਵਾਅਦੇ ਪੂਰੇ ਕੀਤੇ ਹੈ ਮੈਂ ਗਿਣਵਾ ਕੇ ਦਿੰਦਾ ਤਾਂ ਇਹਨਾਂ ਵਾਅਦਿਆਂ ਦੀ ਕੋਈ ਵੈਲਿਊ ਨਹੀਂ ਹੈ ਜਿੱਥੇ ਤੱਕ ਬੋਡੀ ਲੈਂਗੁਏਜ ਦਾ ਤੁਸੀਂ ਗੱਲ ਕੀਤੀ ਸੀ ਦੇਖੋ ਸਾਡੇ ਸੰਵਿਧਾਨ ਦੇ ਵਿੱਚ ਲਿਮਿਟ ਇਹਦੇ ਤੇ ਵੀ ਲਾਗੂ ਹੋ ਕੇ ਸਾਡੇ ਸਾਡੇ ਸੰਵਿਧਾਨ ਦੇ ਵਿੱਚ ਸਰਕਾਰ ਦੀ ਕੀ ਕੀ ਡਿਊਟੀ ਹੈ اپੋਜੀਸ਼ਨ ਦੀ ਕੀ ਡਿਊਟੀ ਹੈ ਦੋਨੋਂ ਡਿਫਾਈਨਡ ਹੈ ਜੇ ਤੁਸੀਂ ਇਹਨਾਂ ਦੀ ਕਾਮਯਾਬੀ ਲੱਖ ਡੇਢ ਲੱਖ ਬੰਦੇ ਇਕੱਠੇ ਹੋਏ ਉਸ ਤੋਂ ਜਜ ਕਰਦੇ ਹੋ ਕਾਮਯਾਬੀ ਜਜ ਕਰੋ ਸੜਕਾਂ ਦੀ ਹਾਲਤ ਕੀ ਹੈ ਕਾਮਯਾਬੀ ਜਜ ਕਰੋ ਬਿਜਲੀ ਕਿੰਨੀ ਮਿਲਦੀ ਹੈ এমਪਲॉयਮੈਂਟ ਕਿੰਨਾ ਮਿਲਦਾ ਹੈ ਐਜੂਕੇਸ਼ਨ ਸਕੂਲ ਕਿਸ ਤਰ੍ਹਾਂ ਦੇ ਪਰਫਾਰਮੈਂਸ ਬੇਸ ਤੇ ਜਾਂਦੇ ਹੋਣੀ ਚਾਹੀਦੀ ਹੈ ਹਾਂ ਅਸੀਂ ਤੇ ਅਸੀਂ ਜੇ ਜੇ ਤੁਸੀਂ 1.5 ਲੱਖ ਪੈਸੇ ਔਰ ਆਪਣੇ ਸਾਥ ਭਾਰਦਵਾਈ ਸਾਹਿਬ ਰੈਲੀਆਂ ਤੇ ਤੁਸੀਂ ਵੀ ਕਰਦੇ ਰਹੇ ਹੋ ਮੈਂ ਤੁਹਾਡੀ ਗੱਲ ਨਾਲ ਤਾਂ ਐਗਰੀ ਕਰਾਂ ਪੈਸੇ ਔਰ ਸੀ ਨਾਲ ਸਹਿਮਤ ਐ ਵੀ ਜਜਮੈਂਟ ਜਿਹੜੀ ਹੈਗੀ ਉਹ ਪਰਫਾਰਮੈਂਸ ਬੇਸਡ ਹੋਣੀ ਚਾਹੀਦੀ ਹੈ ਇਸਦੇ ਕੋਈ ਦੋਰਾ ਨਹੀਂ ਕਿ 1.5 ਲੱਖ ਰੁਪਏ ਵਿੱਚ ਉਹ ਹੀ ਨਹੀਂ ਚਾਹੀਦੀ ਉਹ ਜ਼ਿਆਦਾ ਗਰਜ ਗਿਆ ਇਸ ਕਰਕੇ ਉਹ ਜ਼ਿਆਦਾ ਕਾਮਯਾਬ ਹੋ ਗਿਆ ਉਹ ਕਮ ਗਰਜ ਗਿਆ ਉਹ ਕਮ ਮੇਰੀ ਗੱਲ ਨਾਲ ਐਗਰੀ ਹੂੰ ਇਹ ਕੋਈ ਕ੍ਰਾਈਟੇਰੀਆ ਨਹੀਂ ਹੈ ਗੱਲ ਇਹ ਆ ਕਿ ਇਹ ਜਿਹੜੀ ਗੱਲ ਕਰੇ ਇਹ ਕੁਮਾਫਰਾ ਕੇ ਦੋ ਤਿੰਨ ਪਾਸੇ ਗੱਲ ਨੂੰ ਲੈ ਗਏ ਮੈਨੂੰ ਵਿੱਚੋਂ ਦੇਖੋ ਬਰੇਲੀਆਂ ਜਿਹੜੇ ਇਹ ਕਹਿੰਦੇ ਐ ਆਪਣੇ ਆਪ ਦੇ ਵਿੱਚ ਡੈਮੋਕਰੈਟਿਕ ਰਾਈਟ ਹੈਗਾ ਰੈਲੀਆਂ ਕਰਨ ਦਾ ਪਾਰਟੀਆਂ ਨੂੰ ਕੱਟ ਕਰਨ ਦਾ ਲੋਕਾਂ ਨੂੰ ਮੋਬਾਈਲਾਈਜ਼ ਕਰਨ ਦਾ ਇਹ ਡੈਮੋਕਰੈਟਿਕ ਰਾਈਟ ਹੈ ਇਹ ਠੀਕ ਹੈ ਮੁਕਾਬਲੇਬਾਜ਼ੀ ਨਹੀਂ ਹੋਣੀ ਚਾਹੀਦੀ ਪਰ ਉਹਦੇ ਚ ਜਿਹੜਾ ਆਪਣਾ ਪ੍ਰੋਗਰਾਮ ਦੇਣਾ ਕੋਈ ਰੈਲੀ ਚ ਕੋਈ ਹਰਜ ਨਹੀਂ ਹੈ ਜੇ ਕੋਈ ਪ੍ਰੋਗਰਾਮ ਰੈਲੀ ਕਰਕੇ ਦਿੰਦਾ ਹੈ ਆ ਵੱਡੇ ਕੱਟ ਕਰਕੇ ਦਿੰਦਾ ਕੋਈ ਹਰਜ ਨਹੀਂ ਪਰ ਇੱਕ ਗੱਲ ਦਾ ਮੈਨੂੰ ਲੱਗਦਾ ਕਿ ਜਿਹੜੇ ਸਿਆਸਤਦਾਨ ਨੇ ਉਹਨਾਂ ਦੇ ਬਹੁਤ ਸੇਖਿਲ ਦਾ ਅਫਸੋਸ ਹੁੰਦਾ ਹੈ ਕਿ ਜਦੋਂ ਉਹ ਵਾਅਦੇ ਕਰਦੇ ਨੇ ਐਲਾਨ ਕਰਦੇ ਨੇ ਉਦੋਂ ਚੋਣਾਂ ਜਿੱਤਣ ਵਾਸਤੇ ਵੋਟਾਂ ਲੈਣ ਵਾਸਤੇ ਜਾਂ ਲੋਕਾਂ ਨੂੰ ਬਿਲਕੁਲ ਲੋਬਉਣ ਵਾਸਤੇ ਉਹ ਇਦਾਂ ਇਹੋ ਜੇ ਐਲਾਨ ਕਰਦੇ ਜਿਹੜੇ ਕਿ ਫਿਜ਼ੀਬਲ ਨਹੀਂ ਹੁੰਦੇ ਪ੍ਰੈਕਟੀਕਲ ਨਹੀਂ ਹੁੰਦੇ ਜਿਵੇਂ ਅੱਜ ਕੈਪਟਨ ਮਨਿੰਦਰ ਸਿੰਘ ਨੇ ਐਲਾਨ ਕੀਤਾ ਕਿ ਮੈਂ ਆਵਾਦੀ ਪਾਰਟੀ ਨੇ ਕਿਹਾ ਕਿ 4 ਮਹੀਨਿਆਂ ਚ ਅਸੀਂ ਉਹ ਖਤਮ ਕਰ ਦਾਂਗੇ ਨਸ਼ਿਆਂ ਦੀ ਇਹਨਾਂ ਦੇ ਲੀਡਰ ਨੇ ਕੀਤਾ ਤੇ ਅੱਜ ਕੈਪਟਨ ਮਨਿੰਦਰ ਸਿੰਘ ਨੇ ਤੋਂ ਉਹ ਤੋਂ 4 ਕਦਮ ਵਧ ਕੇ ਕਿਹਾ ਕਿ ਮੈਂ 4 ਮਹੀਨਿਆਂ ਚ ਨਹੀਂ 4 ਹਫ਼ਤਿਆਂ ਚ ਨਸ਼ੇ ਖਤਮ ਕਰ ਦੂੰਗਾ ਹੁਣ ਐਡਾ ਇਸ ਨੂੰ ਇਹੋ ਜਿਹਾ ਮਤਲਬ ਮੈਨੂੰ ਤਾਂ ਮਜ਼ਾਕ ਹੀ ਬਣਨ ਲੱਗਦਾ ਹੈ ਇਨਾ ਐਡਾ ਸੀਰੀਅਸ ਮਸਲਾ ਹੈ ਉਹ ਇਨਾ ਮਤਲਬ ਮਰਦਾਸਿਆ ਹੋਇਆ ਲੋਕਾਂ ਨੇ ਇੱਕ ਲਾਈਨ ਦੇ ਵਿੱਚ ਸਮਾ ਬੈਠ ਗਏ ਚਾਰ ਮਹੀਨਿਆਂ ਚਾਰ ਚਾਰ 5 ਮਹੀਨੇ ਚਾਰ ਹਫ਼ਤਿਆਂ ਦੇ ਨਹੀਂ ਕੋਈ ਸੋਸ਼ਲ ਪ੍ਰੋਬਲਮ ਹੈ ਇੱਕ ਐਡਮਿਨਿਸਟ੍ਰੇਟਿਵ ਪ੍ਰੋਬਲਮ ਹੈ ਅ ਲੋਰਡ ਐਟ ਦੀ ਪ੍ਰੋਬਲਮ ਉਹ ਇੰਨੀਆਂ ਪ੍ਰੋਬਲਮ ਹੈ ਉਹਨੂੰ ਤੁਸੀਂ ਕਿਵੇਂ ਉਹ ਕੋਈ ਵਿਜ਼ਨ ਦਿਓ ਆਪਣਾ ਭਾਈ ਜੇ ਤੁਸੀਂ ਕਿਸੇ ਨੂੰ ਰੱਦ ਕਰ ਰਹੇ ਹੋ ਕਿਸੇ ਸਰਕਾਰ ਦੇ ਪਾਲਿਸੀ ਨੂੰ ਜਾਂ ਕਿਸੇ ਨੂੰ ਉਹਦੇ ਅਲਟਰਨੇਟਿਵਿਜ਼ਮ ਦਿਓ ਆਪਣਾ ਵੀ ਤੁਸੀਂ ਕਿਵੇਂ ਕਰੋਗੇ ਜੇ ਜੇ ਸਰਕਾਰ ਦੀ ਆਰਥਿਕ ਹਾਲਤ ਮਾੜੀ ਹੈ ਤਾਂ ਤੁਸੀਂ ਕਿਵੇਂ ਨੂੰ ਸੁਧਾਰੋਗੇ ਤੁਸੀਂ ਕਿੱਥੋਂ ਪੈਸਾ ਲਿਆਵੋਗੇ ਤੁਸੀਂ ਮੈਨੇਜ ਕਿਵੇਂ ਕਰੋਗੇ ਅਲਟਰਨੇਟਿਵ ਦਿਓ ਬਲੇ ਇਹ 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 ਮੈਨੂੰ ਲੱਗਦਾ ਕਿ ਨਿੱਤਾ ਔਰ ਸਾਰੇ ਇੰਦਾ ਕਰ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਤੁਹਾਡੇ ਸਾਹਮਣੇ ਚੁਣੌਤੀਆਂ ਰੱਖੀਆਂ ਨਹੀਂ ਨਹੀਂ ਦੇਖੋ ਮੇਰੇ ਖਾ ਵਿਜੇਪਾਲ ਜੀ ਕਿਸੇ ਨੂੰ ਭਲੇਕਾ ਨਹੀਂ ਕਿ ਕੈਪਟਨ ਨਮਿੰਦਰ ਸਿੰਘ ਨੇ ਕੋਈ ਸਾਡੇ ਸਾਹਮਣੇ ਜੀ ਕਾਂਗਰਸ ਪਾਰਟੀ ਨੂੰ ਚੁਣੌਤੀਆਂ ਰੱਖੀਆਂ ਨੇ ਅਸੀਂ ਵਾਰ-ਵਾਰ ਕਹਿੰਦੇ ਕਿ 2017 ਦੀ ਜਿਹੜੀ ਚੋਣ ਹੈ ਸ਼੍ਰੋਮਣੀ ਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਹੋਏ ਕੰਮਾਂ ਦੀ ਪਰਫਾਰਮੈਂਸ ਦੇ ਆਧਾਰ ਤੇ ਅਸੀਂ ਲੜਨੀ ਹੈ ਜੋ ਅਸੀਂ ਕੀਤਾ ਹੈ ਹੁਣ ਇਹ ਭਾਰਤਵਾਰ ਸਾਹਿਬ ਕਹਿ ਰਹੇ ਸੀ ਕਿ ਪੰਜਾਬ 'ਚ ਪੁੱਛ ਲੋ ਬਿਜਲੀ ਕਿੰਨੀ ਮਿਲਦੀ ਹੈ ਤੇ ਪਤਾ ਨਹੀਂ ਮੇਰੇ ਖਿਆਲ ਚੰਡੀਗੜ੍ਹ ਰਹਿੰਦੇ ਪੰਜਾਬ ਦੇ ਲੋਕਾਂ ਨੂੰ ਪੁੱਛੋ ਪੰਜਾਬ ਦੇ ਲੋਕਾਂ ਦੇ ਵਿੱਚ ਚਰਚਾ ਹੈ ਕਿ ਜਿਹੜੀ ਗੱਲ ਕਾਂਗਰਸ ਵਾਲੇ ਕਹਿੰਦੇ ਸੀ ਵੀ ਸੰਭਵ ਹੀ ਨਹੀਂ ਹੋ ਹੀ ਨਹੀਂ ਸਕਦਾ ਕਿ ਪੰਜਾਬ 'ਚ ਬਿਜਲੀ ਜਿਹੜੀ ਹੈ ਇੰਨੀ ਪੈਦਾਵਾਰ ਹੋ ਜੂ ਕਿ ਜਿੰਨੀ ਪੰਜਾਬ ਦੀ ਖਪਤ ਉਸ ਤੋਂ ਵੱਧ ਕੇ ਹੋ ਜੂਗੀ ਉਹ ਸਾਸੂ ਵੀਰ ਸਿੰਘ ਬਾਦਲ ਨੇ ਕਰਕੇ ਵਿਖਾਤੀ ਸਾ ਪ੍ਰਕਾਸ਼ ਸਿੰਘ ਬੱਦਲ ਨੇ ਕਰਕੇ ਵਿਖਾ ਦਿੱਤੀ ਔਰ ਅੱਜ ਪੰਜਾਬ ਚ ਪਿੰਡਾਂ ਚ ਨੀ 24 ਘੰਟੇ ਮਿਲਦੀ ਜਿਹੜੇ ਖੇਤਾਂ ਚ ਵੀ ਲੋਕ ਰਹਿੰਦੇ ਨੇ ਡੇਰੇ ਟਹਾਣੀਆਂ ਚ ਰਹਿੰਦੇ ਨੇ ਜਿਹੜਾ ਸਾਡਾ ਖਾਸ ਕਰਦੇ ਨੇ ਖਾਸ ਕਰਕੇ ਜੀ ਆਪਾ ਸਾਹਿਬ ਤੁਸੀਂ ਤੁਹਾਨੂੰ ਮਿਲਦੀ ਹੋਣੀ ਹੈ ਜੀ ਐਮ ਐਲ ਏ ਉਹ ਤੁਸੀਂ ਜਿਹੜੀ ਮਿਲਦੀ ਜਾਣੀ ਹੈ ਮੈਨੂੰ ਘਰ ਟੱਟ ਘਾਣੇ ਗਰਮ ਮੈਣ ਬੋਲਿਆ ਜਿਹੜੀ ਮੈਂ ਬੋਲਿਆ ਨਹੀਂ ਕਿ ਮੁਹਾਲੀਜ ਬਿਜਲੀ 24 ਘੰਟੇ ਉਨਾਂ ਦੀ ਸਾਰੀ ਪੱਤ ਗਈ 2 ਲੋਵੇ ਤੁਸੀਂ ਦੇਖੋ ਇਸ ਗੱਲ ਨੂੰ ਇਸ ਗੱਲ ਨੂੰ ਮੀਡੀਆ ਵੀ ਸਵੀਕਾਰ ਕਰਦਾ ਹੈ ਕਿ ਪੰਜਾਬ ਦੇ ਅੰਦਰ ਜਿਹੜੀ ਹੈ ਬਿਜਲੀ ਪ੍ਰੋਡਕਸ਼ਨ ਨਹੀਂ ਨਹੀਂ ਇਹ ਮੈਂ ਗਲਤ ਆਪੇ ਤੁਸੀਂ ਕਹੀ ਚਲੋ ਮੈਂ ਰਹਿਣਾ ਪੰਜਾਬ ਚ ਤੁਹਾਨੂੰ ਸੁਣਦੇ ਆ ਉਹ ਕਹਿੰਦੇ ਅਸੀਂ ਪੰਜਾਬ ਚ ਰਹਨੇ ਆ ਬਿਜਲੀ ਦੀ ਪ੍ਰੋਡਕਸ਼ਨ ਜਿਹੜੀ ਹੈ ਪਾਲੀ ਚ ਰਹਨੇ ਬਿਜਲੀ ਨਹੀਂ ਆਉਂਦੀ 8 8 ਕਿਲੋ ਉਹ ਸਾਰਿਆਂ ਨੂੰ ਪਤਾ ਕਿ ਅੱਜ ਪੰਜਾਬ ਦੇ ਵਿੱਚ ਵਿੱਚ ਜਿਹੜੇ ਪਿਛਲੇ ਸਮੇਂ ਚ ਸਭ ਸ਼ਰਮਣੀ ਕਾਲੇਦਲ ਦੀ ਸਰਕਾਰ ਨੇ ਭਰਤੀ ਜਿੰਦਾ ਪਰ ਸਰਕਾਰ ਨੇ ਜਿਹੜੇ ਥਰਮਲ ਪਲੈਂਟ ਚਾਲੂ ਕੀਤੇ ਸੀ ਔਰ ਜਿਹੜੀ ਰੀਨਿਊਏਬਲ એનર્ਜੀ ਹੈ ਅੱਜ ਪੂਰੇ ਹਿੰਦੁਸਤਾਨ ਦੇ ਵਿੱਚੋਂ ਜਿਹੜੀ ਨਵੀਂ ਜਿਹੜੀ ਸੂਰਜੀ ਪੈਦਾ ਕੀਤੀ ਹੈ ਬੇਸਿਕਲੀ ਉਹਦੇ ਚ ਨੰਬਰ 1 ਤੇ ਪੰਜਾਬ ਹੈ ਔਰ ਜਿੱਥੋਂ ਤੱਕ ਇਹ ਭਾਰਤਵਾਦ ਸਾਹਿਬ ਵਾਰ-ਵਾਰ ਕਹਿੰਦੇ ਆ ਕਿ ਰੈਲੀਆਂ ਦਾ ਮਕਸਦ ਕੀ ਹੈ ਰੈਲੀਆਂ ਦਾ ਮਕਸਦ ਹੈ ਜਿਹੜੇ ਸਾਡੇ ਆ ਸੱਜਣ ਜਿਹੜੇ ਕਾਂਗਰਸ ਵਾਲੇ ਜਾ ਜਿਹੜੇ ਆਮ ਆਦਮੀ ਪਾਰਟੀ ਵਾਲੇ ਮੇਰੀ ਗੱਲ ਸੁਣੋ ਜੇ ਰੈਲੀਆਂ ਨਾਲੋਂ ਪਬਲਿਕ ਨਾਲ ਸਿੱਧਾ ਸੰਵਾਦ ਜੋੜਿਆ ਜਾਵੇ ਉਹਨਾਂ ਦੀੋਂ ਤਾਂ ਉਹ ਜ਼ਿਆਦਾ ਉਹ ਚੀਜ਼ ਪੈਸ਼ਲ ਹੁੰਦੀ ਹੈ ਨਾ ਨਾਲੇ ਪਬਲਿਕ ਨੂੰ ਵੀ ਉਸ ਦਾ ਫਾਇਦਾ ਹੁੰਦਾ ਤੁਸੀਂ ਰੈਲੀ ਦੇ ਵਿੱਚ ਸਪੀਚ ਕੀਤੀ ਲੋਕ ਸੁਣ ਕੇ ਚਲੇ ਗਏ ਤੁਸੀਂ ਆਪਣੀ ਗੱਲ ਤੇ ਰੱਖਤੀ ਠੀਕ ਹੈ ਪਰ ਪਬਲਿਕ ਦੀ ਗੱਲ ਸੁਣਨੀ ਵੀ ਸਰਕਾਰਾਂ ਦਾ ਫਰਜ਼ ਹੈ ਸੋ ਇਸ ਲਈ ਸਿੱਧਾ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਸਿੱਧਾ ਸੰਵਾਦ ਉਹਨਾਂ ਨਾਲ ਜਾ ਕੇ ਜੋੜੋ ਮੈਂ ਪਰ ਸੰਵਾਦ ਮੈਂ ਤਾੜੀਆਂ ਨਹੀਂ ਸੁਣਨੀ ਨਾ ਮੈਨੂੰ ਇੱਕ ਇੱਕ ਮੈਂ ਬਰਾੜ ਸਾਹਿਬ ਦੱਸਾਂ ਹੂੰ ਇਹ ਸ਼੍ਰੋਮਣੀ ਅਕਾਲੀ ਦਰ ਦੀ ਲੀਡਰਸ਼ਿਪ ਹੈ ਜਿਹੜੀ ਰਹਿੰਦੀ ਲੋਕਾਂ ਦੇ ਵਿੱਚ ਅਸੀਂ ਰੋਜ਼ਾਨਾ ਲੋਕਾਂ ਦੇ ਵਿੱਚ ਰਹਿੰਨੇ ਪਿੰਡਾਂ 'ਚ ਵਿਚਰਦੇ ਆਂ ਸੱਤਾਂ 'ਚ ਵਿਚਰਦੇ ਆਂ ਭੋਗਾਂ ਤੇ ਜਾਂਦੇ ਆਂ ਖੁਸ਼ੀ ਸਮਾਗਮਾਂ 'ਚ ਜਾਂਦੇ ਇਕੱਠ ਕਰਦੇ ਆਂ ਲੋਕਾਂ ਦੇ ਨਾਲ ਸਾਡਾ ਸਿੱਧਾ ਰਾਬਤਾ ਹੈ ਲੋਕਾਂ ਨਾਲ ਇਹ ਹੈ ਨਹੀਂ ਕਿ ਅਸੀਂ ਚੰਡੀਗੜ੍ਹ 'ਚ ਬਹਿ ਕੇ ਸਿਆਸਤ ਕਰਦੇ ਆਂ ਜਿਵੇਂ ਪੁਰਾਣੀ ਸ਼ਾਸਤ ਜਿਵੇਂ ਕਾਂਗਰਸ ਕਰਦੀ ਸੀ ਕਿ ਵੋਟਾਂ ਵਾ ਲੈਣ ਵੇਲੇ ਜਾਣਾ 5 ਸਾਲ ਰਾਜ ਕਰਨਾ ਅਸੀਂ ਲੋਕਾਂ ਦੇ ਵਿੱਚ ਰਹਿੰਦੇ ਹਾਂ ਸਾਨੂੰ ਲੋਕਾਂ ਦੀਆਂ ਤਕਲੀਫਾਂ ਦਾ ਪਤਾ ਹੈ ਤਾਂ ਤਕਲੀਫਾਂ ਨੂੰ ਹੱਲ ਕਰਨ ਵਾਸਤੇ ਹਮੇਸ਼ਾ ਤਤਪਰ ਰਹਿੰਦੇ ਆਂ ਇਸੇ ਕਰਕੇ ਅੱਜ 9 سال ਬੀਤਣ ਦੇ ਬਾਵਜੂਦ ਵੀ ਲੋਕ ਜਿਹੜੇ ਡਟ ਕੇ ਜਿਹੜੇ ਆ ਸ਼ਰੋਮਣੀ ਕਮੇਟੀ ਇਸ ਜਗ੍ਹਾ ਕੇ ਨਾ ਸਬੰਧ ਹਬਲ ਰਹਿਣੀ ਪੈਗੀ 900 ਦੀ ਸਰਕਾਰ ਦੇ ਵਿੱਚ ਮਤਲਬ ਇਹ ਕਹਿੰਦਾ ਬੜੀ ਹੀ ਮਿਰਚਾ ਲੱਗਦੀਆਂ ਲੋਕਾਂ ਦਾ ਕੱਟ ਵੇਖ ਕੇ ਇੱਕ ਵਾਰੀ ਇੰਨੀ ਛੇਤੀ ਭਰ ਨਹੀਂ ਕਮੈਂਟ ਲੈਣਾ ਤੁਸੀਂ ਤੁਸੀਂ ਨੇ ਬੜੇ ਭਲੇਠੇ ਫਿਰਦੇ ਭਾਦਲਾ ਸਾਹਿਬ ਨਿਹੰਗਾਂ ਦੇ ਬਾਪਿਆ ਕਿ ਮਾੜਾ ਕੇ ਦੇਖੋ ਤਾਂ ਸਹੀ ਹੈ ਤੁਹਾਡੀ ਪੁਲਿਸ ਪਰਦਾ ਕੀ ਹੈ ਪੁਲਿਸ ਤੁਹਾਡੇ ਅੰਦਰ ਰਾਜਾ ਲੱਗਿਆ ਤੁਸੀਂ ਪੁਲਿਸ ਨਾਲ ਭਾਂਡੇ ਚੱਕੇ ਚਲੇ ਗਏ ਆ ਮਾਦੀ ਪਾਰਟੀ ਵਾਲੇ ਬਣ ਗੱਦੀ ਪਾਰਟੀ ਲੱਭਿਆ ਜੇ ਕਿੱਧਰ ਆ ਸਾਲ ਬੰਦਾ ਕੀ ਦੇਖਿਆ ਹਰਦਵਾ ਸਾਹਿਬ ਆ ਕੋਈ ਗੱਲ ਨਹੀਂ ਉਹ ਬੰਦੇ ਨਾਲ ਬੰਦੇ ਪੁਲਿਸ ਕੇ ਆਂਦੇ ਆ ਮੈਂ ਇੱਕ ਜੋ ਕਮੈਂਟ ਥੋੜੀ ਜਿਹੀ ਲੈਣਾ ਅਗਲੇ ਦਿਨਾਂ ਦੇ ਵਿੱਚ ਪਾਰਟੀ ਲੱਭੋ ਸੋਚ ਕਰੀ ਜਬਣੀ ਹੈ ਪੁਲਟਵਾ ਸਾਹਿਬ ਅਗਲੇ ਦਿਨਾਂ ਦੇ ਵਿੱਚ ਖਡੂਰ ਸਾਹਿਬ ਇਲੈਕਸ਼ਨ ਆਉਣਾ ਹੈ ਇਹ ਰੈਲੀਆਂ ਜੋ ਅੱਜ ਹੋਈਆਂ ਇਹਦਾ ਤਾਂ ਪਰਛਾਵਾਂ ਜਾਂ ਇਹਦਾ ਪ੍ਰਭਾਵ ਅਗਲੇ ਦਿਨਾਂ ਦੇ ਵਿੱਚ ਨਜ਼ਰ ਆਊਗਾ ਦੇਖੋ ਸੰਭਾਵਨਾ ਤੁਹਾਨੂੰ ਵਿੱਚੋਂ हट ਕੇ ਸਵਾਲ ਤਾਂ ਪੁੱਛਿਆ ਤੁਸੀਂ ਮੇਰ ਮਿਹਰਬਾਨੀ ਤੁਹਾਡੀ ਮਿਹਰਬਾਨੀ ਮਿਹਰਬਾਨੀ ਕਿਉਂਕਿ ਉਹਦਾ ਕਾਰਨ ਇਹ ਹੈ ਕਿ ਮੀਡੀਆ ਇੱਕ ਬਹੁਤ ਵੱਡੀ ਚੀਜ਼ ਹੈ ਜੋ ਤੁਸੀਂ ਅੱਜ ਮੀਡੀਆ ਦੇ ਵਿੱਚ ਦਿਖਾ ਰਹੇ ਹੋ ਤੁਸੀਂ ਅਕਾਲੀ ਦਲ ਦਾ ਵੀ ਦਿਖਾ ਰਹ ਕਾਂਗਰਸ ਦਾ ਵੀ ਦਿਖਾ ਰਹੇ ਹੋ ਇਹਨਾਂ ਰੈਲੀਆਂ ਤੋਂ ਉਹਨਾਂ ਲੋਕਾਂ ਦੇ ਵਿੱਚ ਜ਼ਰੂਰ ਪ੍ਰਭਾਵ ਜਾਂਦਾ ਹੈਗਾ ਕਿ ਦੇਖੋ ਜੀ ਇਕੱਠ ਵੀ ਹੋਇਆ ਜਾਂ ਉੱਥੇ ਅਮਰਿੰਦਰ ਸਿੰਘ ਸਾਹਿਬ ਆਏ ਜਾਂ ਉੱਥੇ ਸੁਖਵੀਰ ਜੀ ਆਏ ਜਾਂ ਬਾਦਲ ਸਾਹਿਬ ਵੱਡੇ ਆਏ ਮਤਲਬ ਇਹ ਕਹਿੰਦਾ ਇਹ ਚੀਜ਼ ਨਹੀਂ ਹੁੰਦੀ ਇਹਨਾਂ ਚੀਜ਼ਾਂ ਨਾਲ ਜ਼ਰੂਰ ਮਾੜਾ-ਮੋਟਾ ਫਰਕ ਪੈਂਦਾ ਹੈਗਾ ਦੂਜੀ ਗੱਲ ਇਹ ਹੈਗੀ ਕਿ ਸਾਡੀ ਪਾਰਟੀ ਉੱਥੇ ਫਾਈਟ ਕਰੇਗੀ ਇਹਨਾਂ ਦੀਆਂ ਜਿਹੜਾ ਜੋ ਇਹਨਾਂ ਨੇ ਕਾਮਯਾਬ ਕੰਮ ਕੀਤੇ ਨੇ ਜਾਂ ਨਾਕਾਮਯਾਬੀਆਂ ਨੇ ਇਹ ਆਪਣੇ ਦੱਸਣਗੇ ਅਸੀਂ ਆਪਣੀਆਂ ਦੱਸਾਂਗੇ ਉੱਥੇ ਜੋ ਮਾਰਾ ਸੁਖ ਰੱਖੇ ਜੋ ਉੱਥੇ ਹੋਏਗਾ ਫਿਰ ਅਸੀਂ ਉਹ ਦੇਖਾਂਗੇ ਚਲੋ ਚਲੋ ਮੈਂ ਇੱਕ ਇੱਕ ਬ੍ਰੇਕ ਹੋਰ ਲੈਣਾ ਆਖਰੀ ਉਸ ਤੋਂ ਬਾਅਦ ਬਾਲੀ ਸਾਹਿਬ ਨੇ ਜਾਣਾ ਹੈ ਇਹਨਾਂ ਨੂੰ ਥੋੜਾ ਜਲਦੀ ਹੈ ਫਿਰ ਅਸੀਂ ਬਾਕੀ ਮਹਿਮਾਨ ਸਾਡੇ ਨਾਲ ਬਲਟੋਆ ਸਾਹਿਬ ਭਾਰਦਵਾਜ ਸਾਹਿਬ ਔਰ ਬੱਲੀ ਜੀ ਬਣੇ ਰਹਿਣਗੇ ਆਖਰੀ ਸੈਗਮੈਂਟ ਦੇ ਵਿੱਚ ਅਸੀਂ ਇਸ ਚਰਚਾ ਨੂੰ ਕਨਕਲੂਡ ਕਰਾਂਗੇ ਬਹੁਤ ਛੋਟਾ ਜਿਹਾ ਬ੍ਰੇਕ ਜਲਦੀ ਵਾਪਸ ब्रेक ਤੋਂ ਬਾਅਦ ਇੱਕ ਵਾਰ ਫਿਰ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਚਰਚਾ ਕਰ ਰਹੇ ਹਾਂ ਪੰਜਾਬ ਦੀ ਮੰਗਲਵਾਰ ਦਾ ਦਿਨ ਜੋ ਇੰਪੋਰਟੈਂਟ ਰਿਹਾ ਖਾਸ ਕਰਕੇ ਪੋਲਿਟੀਕਲ ਪੁਆਇੰਟ ਆਫ View ਨਾਲ ਉਸ ਦੇ ਅੱਗੇ ਹੁਣ ਪ੍ਰਭਾਵ ਕੀ ਨੇ ਔਰ ਅਗਲੇ ਦਿਨਾਂ ਦੇ ਵਿੱਚ ਕੀ ਉਸ ਦਾ ਇੰਪੈਕਟ ਨਜ਼ਰ ਆ ਸਕਦਾ ਹੈ ਖਾਸ ਕਰਕੇ ਅਗਰ ਮੈਂ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਦੇਖਾਂਗੇ ਕਿ ਸਦ ਭਾਵਨਾ ਰੈਲੀਆਂ ਅਕਾਲੀ ਦਲ ਨੂੰ ਕਿੰਨੀ ਮਜ਼ਬੂਤੀ ਦਿੰਦੀਆਂ ਐ ਬਠਿੰਡਾ ਰੈਲੀ ਕਾਂਗਰਸ ਦੀ ਜਿਹੜੀ ਅੰਦਰੂਨੀ ਗੁੱਟਬਾਜੀ ਹੈ ਉਸ ਨੂੰ ਖਤਮ ਕਰਨ ਚ ਕਿੰਨੀ ਸਹਾਇ ਹੁੰਦੀ ਹੈ ਆਮ ਆਦਮੀ ਪਾਰਟੀ ਦਾ ਅਗਲੇ ਦਿਨਾਂ ਦੇ ਵਿੱਚ ਕਿੰਨਾ ਵजूद ਜਿਹੜਾ ਹੈ ਉਹ ਮਜ਼ਬੂਤ ਹੁੰਦਾ ਹੈ ਔਰ ਇਸ ਦੇ ਨਾਲ ਨਾਲ ਇੰਨਾਂ ਰੈਲੀਆਂ ਦੇ ਜਾਂ ਇਹ ਜਿਹੜੇ ਧਰਨੇ ਪਤਸ਼ਾਹ ਇਹਨਾਂ ਦੇ ਪ੍ਰਭਾਵ ਕੀ ਨੇ ਬੱਲੀ ਜੀ ਬਾਲੀ ਸਾਹਿਬ ਤੋਂ ਜਿਹੜਾ ਮੈਂ ਜਾਂਦੇ ਜਾਂਦੇ ਸਵਾਲ ਪੁੱਛਿਆ ਸੀਗਾ ਕਿ ਅਗਲੇ ਦਿਨਾਂ ਦੇ ਵਿੱਚ ਹੁਣ ਖਡੂਰ ਸਾਹਿਬ ਬਾਈ ਇਲੈਕਸ਼ਨ ਹੈ ਅਗਰ ਮੈਂ ਅੱਜ ਦੀਆਂ ਸਿਆਸੀ ਸਰਗਰਮੀਆਂ ਨੂੰ ਫੋਕਸ ਕਰਕੇ ਚੱਲਾਂ ਕਿਉਂਕਿ ਜਦੋਂ ਕੋਈ ਐਸਾ ਵੱਡੇ ਇਵੈਂਟਸ ਹੁੰਦੇ ਆ ਤਾਂ ਉਸ ਦਾ ਫੋਕਸ ਅਗਲੇ ਦਿਨਾਂ ਤੇ ਨਜ਼ਰ ਆਉਂਦਾ ਸੋ ਕੀ ਸਮਝਦੇ ਹੋ ਕਿ ਖਡੂਰ ਸਾਹਿਬ ਰੈਲੀ ਤੇ ਪ੍ਰਭਾਵ ਇਹਨਾਂ ਐਕਟੀਵਿਟੀਆਂ ਦਾ ਨਜ਼ਰ ਆਏਗਾ ਐਂ ਦੇਖੋ ਜਦੋਂ ਕਾਲੀਦਾਲ ਨੇ ਸਤਿ ਭਾਵਨਾ ਰੈਲੀਆਂ ਦਾ ਐਲਾਨ ਕੀਤਾ ਸੀ ਉਹਦੇ ਇੱਕ ਬੜੀ ਖਾਸ ਸਿਚੁਏਸ਼ਨ ਸੀਗੀ ਉਦੋਂ ਗੁਰੂ ਗ੍ਰੰਥ ਸਾਹਿਬ ਦੀ ਵੇਦਵੀ ਦੇ ਮੁੱਦੇ ਤੇ ਬਹੁਤ ਰੋਸ ਪੈਦਾ ਹੋਇਆ ਸੀ ਠੀਕ ਹੈ ਔਰ ਇੱਕ ਇਸ ਤਰ੍ਹਾਂ ਦਾ ਮਾਹੌਲ ਪੈਦਾ ਹੋ ਗਿਆ ਸੀ ਜਿਦੇ ਚ ਅਕਾਲੀ ਦਲ ਵਾਸਤੇ ਬੜੀ ਆਖੜ ਸਿਚੁਏਸ਼ਨ ਪੈਦਾ ਹੋ ਗਈ ਸੀ ਅਕਾਲੀ ਦਲ ਦੇ ਜਿਹੜੇ ਨੇਤਾ ਨੇ ਵਰਕਰ ਨੇ ਮੋਰੀ ਖਾਸ ਕਰਕੇ ਲੋਕਲ ਲੈਵਲ ਦੇ ਨੇਤਾ ਉਹਨਾਂ ਨੂੰ ਲੋਕਾਂ ਨੂੰ ਫੇਸ ਕਰਨਾ ਮੁਸ਼ਕਲ ਹੋ ਗਿਆ ਸੀ ਇਹੋ ਜੀ ਸਿਚੁਏਸ਼ਨ ਹੋ ਗਈ ਸੀ ਸਰਕਾਰ ਗੁੱਸਾ ਜਿਹੜਾ ਸਰਕਾਰ ਦੇ ਖਿਲਾਫ ਕੁਛ ਡੇਰੇ ਵਾਲਾ ਜਿਹੜਾ ਮੁੱਦਾ ਸੀ ਉਹਦੇ ਤੇ ਵੀ ਸਿੱਖ ਭਾਈਚਾਰੇ ਦੇ ਵਿੱਚ ਬਹੁਤ ਰੋਸ ਸੀਗਾ ਉਸ ਮਾਹੌਲ ਦੇ ਵਿੱਚੋਂ ਨਿਕਲਣ ਵਾਸਤੇ ਅਕਾਲੀ ਦਲ ਨੇ ਕੋਸ਼ਿਸ਼ ਕੀਤੀ ਹਮ ਇਹਨਾਂ ਸਾਰਿਆਂ ਦਾ ਹੁਣ ਐਂਡ ਤੱਕ ਇਹ ਹੋ ਗਏ ਅਕਾਲੀ ਦਲ ਨੇ ਆਪਣਾ ਜਿਹੜਾ ਵਰਕਰ ਸੀ ਆਪਣਾ ਜਿਹੜਾ ਅ ਦਰਮਿਆਨੇ ਤੇ ਹੇਠਲੇ ਪੱਧਰ ਦੇ ਨੇਤਾ ਸੀ ਹਮ ਉਹਨਾਂ ਦਾ ਮਨੋਬਲ ਜਿਹੜਾ ਬੇਦਲ ਹੋ ਗਏ ਸੀ ਇੱਕ ਵਾਰੀ ਹਮ ਪਰ ਇਹੋ ਜੀ ਪੋਜੀਸ਼ਨ ਹੈਗੀ ਉਹਨੂੰ ਦੁਬਾਰਾ ਉਹ ਰੀਕੂਪ ਕਰ ਰਿਵਾਈਵ ਕਰਤਾ ਰਿਵਾਈਵ ਕਰ ਲਿਆ ਖੜੇ ਹੋ ਗਏ ਤੇ ਇਸ ਤਰ੍ਹਾਂ ਦਾ ਪ੍ਰਭਾਵ ਦਿੱਤਾ ਹੈ ਕਿ ਅ ਅਸੀਂ ਪੂਰੇ ਮੈਦਾਨ 'ਚ ਹੈਗੇ ਹਮ ਪੰਜਾਬ ਦੀ ਸਿਆਸਤ ਚ ਜਿਹੜਾ ਕੁਝ ਇਸ ਤਰ੍ਹਾਂ ਦਾ ਪ੍ਰਭਾਵ ਜਾ ਰਿਹਾ ਹੈ ਜਿ ਕਿ ਅਸੀਂ ਨਹੀਂ ਹੈਗੇ ਸੈਂਟਰ ਸਟੇਜ ਚ ਉਹ ਉਹ ਮੁੜ ਕੇ ਹੀ ਗਿਆ ਨੇ ਜਿਹਦਾ ਕੋਈ ਵੀ ਇਲੈਕਸ਼ਨ ਹੋਏਗੀ ਉਹਦਾ ਅਸਰ ਪੈਣਾ ਪੈਣਾ ਅਗਲੀ ਰਾਜਨੀਤੀ ਤੇ ਵੀ ਪੈਣਾ ਹੈ ਇਹ ਇਸ ਕਰਕੇ ਉਹ ਤੇ ਪੈਣਾ ਦੂਜੇ ਪਾਸੇ ਜੇ ਆਮ ਆਦਮੀ ਪਾਰਟੀ ਤਾਂ ਉਹ ਯਾਨੀ ਪਹਿਲੇ ਐਲਾਨ ਕਰਤਾ ਕਿ ਲੜੇਗੀ ਨਹੀਂ ਕਾਂਗਰਸ ਪਾਰਟੀ ਜਿੱਥੇ ਤੱਕ ਤਲ ਹੈ ਬੇਸ਼ੱਕ ਉਹਦੀ ਬੋਡੀ ਲੈਂਗੁਏਜ ਬਹੁਤ ਅਗਰੈਸਿਵ ਨਹੀਂ ਸੀ ਉਹਨਾਂ ਦੀ ਅਮਰਿੰਦਰ ਸਿੰਘ ਦੀ ਪਰ ਅਮਰਿੰਦਰ ਸਿੰਘ ਦੀ ਉਹਨਾਂ ਨੂੰ ਅੱਜ ਦੀ ਜਿਹੜੀ ਜੋ ਡਿਵੈਲਪਮੈਂਟ ਹੋਈ ਹੈ ਉਹਨਾਂ ਦੇ ਸਾਬ ਨਾਲੋਂ ਕਾਮਯਾਬ ਵੀ ਹੈ ਇਹ ਰੈਲੀ ਉਹਨਾਂ ਦੀ ਜਿਹੜੀ ਸ਼ੁਰੂਆਤ ਹੈ ਐਸ ਪ੍ਰੈਜ਼ੀਡੈਂਟ ਉਹ ਉਹਨਾਂ ਵਾਸਤੇ ਕਾਂਗਰਸੀ ਵਰਕਰਾਂ ਵਾਸਤੇ ਇੱਕ ਉਤਸ਼ਾਹ ਵਾਲੀ ਹੈਗੀ ਕਿਉਂਕਿ ਜੁਆਇਟਿਡ ਫੇਸ ਦਿੱਤਾ ਉਹਨਾਂ ਨੇ ਔਰ ਕਾਂਗਰਸੀ ਵਰਕਰਾਂ ਨੂੰ ਇਹ ਹੋ ਗਿਆ ਕਿ ਅਸੀਂ ਹੁਣ ਇਕੱਠੇ ਆ ਏਡਾ ਇਕੱਠ ਮਤਲਬ ਕਾਂਗਰਸ ਦਾ ਤਾਂ ਮੇਰੇ ਖਾਲ ਸਾਲਾ ਬੱਦੀ ਕਿਤੇ ਹੋਇਆ ਹੁਣ ਬਾਅਦ ਚ ਏਡਾ ਇਕੱਠ ਲੱਗਦਾ ਇਸ ਤਰ੍ਹਾਂ ਦਾ ਔਰ ਸਾਰੇ ਧੜੇ ਜਿਹੜੇ ਇਕੱਠੇ ਹੋਏ ਸੋ ਉਹ ਕਾਂਗਰਸੀ ਵਰਕਰ ਵੀ ਸਾਰੇ ਕੁਝ ਦੇ ਬਾਅਦ ਉਤਸ਼ਾਹਤ ਹੋ ਕੇ ਗਏ ਐ ਤੇ ਉਹਨਾਂ ਦਾ ਵੀ ਕੋਈ ਵੀ ਇਲੈਕਸ਼ਨ ਹੋਏਗੀ ਭਾਵੇਂ ਉਹ ਖਡੂਰ ਸਾਹ ਵਾਲੀ ਹੋਵੇ ਤੇ ਭਾਵੇਂ ਕੋਈ ਹੋਰ ਹੋਵੇ ਉਹਦੇ ਤੇ ਉਹ ਉਹ ਮਤਲਬ ਇਹ ਹੈ ਇਸ ਕੱਲ ਚ ਕਿ ਅਸੀਂ ਮੁਕਾਬਲੇ ਚ ਹੈਗੇ ਅਸੀਂ ਸਾਡੀ ਉਹਨਾਂ ਚ ਉਮੀਦ ਜਾਗੀ ਹੈ ਅਗਲੀ ਜਿਹੜੀ ਚੋਣ ਵਾਸਤੇ ਲੜਨ ਵਾਸਤੇ ਤਿਆਰੀ ਵਾਸਤੇ ਜਿਹੜੀ ਹੈ ਉਹ ਜਿ cục ਪਰ ਜਿਹੜਾ ਵੱਡਾ ਮਸਲਾ ਉਹਨਾਂ ਦੇ ਸਾਹਮਣੇ ਜਿਹੜਾ ਖੜਾ ਉਹ ਹੈਗਾ ਉਹਨਾਂ ਦੀ ਆਰਗੇਨਾਈਜੇਸ਼ਨ ਜਿਹੜੀ ਉਹ ਢਿੱਲੀ ਮੱਠੀ ਹੈਗੀ ਖਿੰਡੀ ਪਿਛਲੇ ਸਮੇਂ ਜਿਹੜੀ ਪਾਟੋ ਤੜ ਹੋਈ ਸੀ ਵੋਟਬਾਜ਼ੀ ਉਹ ਅਜੇ ਵੱਖ ਅਲਗ ਐ ਇੰਪਲੀਮੈਂਟ ਕਰਨਾ ਪਰ ਉਹਨਾਂ ਦੀ ਸ਼ੁਰੂਆਤ ਜਿਹੜੀ ਅੱਜ ਹੋਈ ਹੈ ਕੈਪਟਨ ਬੰਦੇ ਸਿੰਘ ਉਹ ਉਹਨਾਂ ਵਾਸਤੇ ਵੰਡੋਲਾ ਸਾਹਿਬ ਅਗਲੇ ਦਿਨਾਂ ਚੁਣੌਤੀ ਸਮਝਦੇ ਹੋ ਕਾਂਗਰਸ ਦਾ ਇੱਕ ਯੂनाइटेड ਫੇਸ ਅਗਰ ਸਾਹਮਣੇ ਆਉਂਦਾ ਜਿਵੇਂ ਜਿਵੇਂ ਜੋ ਰੈਲੀ ਦੇ ਵਿੱਚ ਜੇ ਸਾਰੇ ਬੰਦੇ ਇਕੱਠੇ ਆ ਉਹ ਇਸੇ ਤਰੀਕੇ ਨਾਲ ਅੱਗੇ ਵਧਿਆ ਤਾਂ ਕਾਲੀ ਦਲ ਦੇ ਲਈ ਜਿਹੜੀ ਹੈਗੀ ਹੈ ਉਹ ਇੱਕ ਚਿੰਤਾ ਅਗਲੇ ਦਿਨਾਂ ਚ ਹੋ ਸਕਦੀ ਹੈ ਖਾਸ ਕਰਕੇ ਖਡੂਰ ਸਾਹਿਬ ਇਲੈਕਸ਼ਨ ਨੂੰ ਮੇਰਾ ਖਿਆਲ ਤਾਂਡੀਆਂ ਜੋ ਐਕਟੀਵਿਟੀਜ਼ ਰਹੀਆਂ ਇਸ ਦਾ ਪ੍ਰਭਾਵ ਪਹਿਲੀ ਤੇ ਗੱਲ ਭਾਵੇਂ ਜਿੰਨੇ ਮਰਜ਼ੀ ਇਕੱਠੇ ਹੋ ਜਾਣ ਇਸ ਗੱਲ ਦੀ ਪ੍ਰਵਾਹ ਕੋਈ ਨਹੀਂ ਹਾਂ ਨਾਲੇ ਇਹ ਵੀ ਸਚਾਈ ਹੈ ਕਿ ਕਾਂਗਰਸ ਦਾਵੇ ਜਿੰਨੇ ਮਰਜ਼ੀ ਕਰੀ ਜਾਣ ਇਕੱਠੇ ਹੋ ਹੀ ਨਹੀਂ ਸਕਦੇ ਥੱਲੇ ਲੈਵਲ ਤੇ ਇੰਨੀ ਧੜੇਬੰਦੀ ਹੋ ਗਈ ਹੈ ਇੱਕ ਧੜਾ ਜੇ ਇਲੈਕਸ਼ਨ ਲੜੂ ਤੇ ਦੂਜਾ ਉਹਦੇ ਵਿਰੋਧ ਚ ਜਾਊਗਾ ਹੀ ਜਾਊਗਾ ਇਹ ਤਾਂ ਪੱਕੀ ਗੱਲ ਹੈ ਪਰ ਅਸੀਂ ਕਿੰਨੇ ਵੀ ਭਾਵੇਂ ਸਾਰੇ ਮਿੱਥ ਕੇ ਇਕੱਠੇ ਹੋ ਕੇ ਸੌਂਹਾ ਖਾ ਕੇ ਵੀ ਚੱਲਣ ਤੇ ਕਾਲੀ ਦਲ ਨੂੰ ਆਪਣੇ ਆਪ ਤੇ ਮਾਣ ਹੈ ਅਸੀਂ ਇਹਨਾਂ ਇਹਨਾਂ ਨਾਲ ਫੇਰ 2017 ਦੇ ਵਿੱਚ ਲੜ ਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸੱਤਾ ਧਿਰ ਦੇ ਵਿੱਚ ਬੈਠਾਂਗੇ ਔਰ ਜੁ ਤੱਕ ਖਡੂਰ ਸਭ ਜਿਮਣੀਚੋਣ ਦੀ ਗੱਲ ਹੈ ਸਵਾ ਸਾਲ ਪਹਿਲਾਂ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਹੈ ਉਥੋਂ 30000 ਤੋਂ ਵੱਧ ਵੋਟਾਂ ਤੇ ਸ਼ਰੂਮਣੀ ਕਾਲੀਦਾਰ ਨੇ ਜਿੱਤ ਪ੍ਰਾਪਤ ਕੀਤੀ ਹੈ ਜੋ ਅੱਜ ਹਾਲਾਤ ਨੇ ਅੱਜ ਜਿਮਣੀਚੋਣ ਅੱਜ ਵੀ ਹੋ ਜਾਂਦੀ ਹੈ ਉਥੇ ਘੱਟੋ ਘੱਟ ਅਸੀਂ 50000 ਵੋਟਾਂ ਤੇ ਜਿੱਤਾਂਗੇ ਚਲੋ ਤਾਂ 2 ਮਹੀਨੇ ਬਾਅਦ ਉਹਦੇ ਪੋਟ ਦੇ ਜਲੀ ਸਿਚੁਏਸ਼ਨ ਉਹਦੇ ਤੇ ਜਿੱਤਾਂਗੇ ਕਿਉਂਕਿ ਸਾਨੂੰ ਸਾਨੂੰ ਉਥੋਂ ਦੇ ਜਿਹੜੇ ਲੋਕਾਂ ਦਾ ਜੋਸ਼ ਲੋਕਾਂ ਦਾ ਉਤਸ਼ਾਹ ਲੋਕਾਂ ਦਾ ਪਿਆਰ ਲੋਕਾਂ ਦਾ ਅਕਾਲੀ ਦਰ ਦੇ ਨਾਲ ਸਮਰਥਨ ਜਿਹੜਾ ਉਹ ਨਜ਼ਰ ਆ ਰਿਹਾ ਸਾਹਮਣੇ ਆ ਰਿਹਾ ਅਸੀਂ ਤੇ ਇਸੇ ਕਰਕੇ ਕਹਿੰਦੇ ਕਿ ਇਹ ਵੀ ਵੀਰ ਆਉਣ ਇਹਨਾਂ ਦਾ ਵੀ ਪਤਾ ਲੱਗ ਜਾ ਆਮ ਆਦਮੀ ਪਾਰਟੀ ਦਾ ਪਤਾ ਲੱਗ ਜਾ ਕਿ ਕਿੱਥੇ ਕਿ ਤੁਸੀਂ ਖੜੋਤੇ ਜੇ ਆਓ ਤੁਸੀਂ ਕਹਿੰਦੇ ਦਾਵਾ ਕਰਦੇ ਸੀ ਪੰਜਾਬ ਦੀ ਰਾਜਨੀਤੀ ਬਦਲਣ ਵਾਸਤੇ ਆਏ ਹੋ ਉਹਦੇ ਲੋਕੀ ਸਾਰਾ ਕੁਝ ਸਾਹਮਣੇ ਆ ਗਿਆ ਸਰਵ ਇਲੈਕਸ਼ਨ ਸਾਰਾ ਕੁਝ ਸਾਹਮਣੇ ਆ ਗਿਆ ਕਿ ਖਡੂਰ ਸਾਹਿਬ ਬਾਰੇ ਕਹਿ ਰਹੇ ਜੀ ਜੋ ਮੈਨੂੰ ਮੈਨੂੰ ਗੱਲ ਕਰਦੇ ਇਹ ਕਹਿੰਦੇ ਅਸੀਂ ਪੰਜਾਬ ਦੀ ਰਾਜਨੀਤੀ ਬਦਲਣ ਵਾਸਤੇ ਆਏ ਹਾਂ ਪੰਜਾਬ ਦੀ ਰਾਜਨੀਤੀ ਤੇ ਬਦਲ ਦਿੱਤੀ ਲੱਗ ਗਿਆ ਪਤਾ ਕਿ ਕਹਿੰਦੇ ਕੀ ਐ ਕਰਦੇ ਕੀ ਐ ਉਥੇ ਦਿੱਲੀ ਚ ਵੀ ਪਤਾ ਲੱਗਿਆ ਵੀ ਕਰਪਸ਼ਨ ਦੀਆਂ ਗੱਲਾਂ ਕਰਦੇ ਐ ਤੇ ਜਿਹੜਾ ਕੋਈ ਬੰਦਾ ਕਿਸੇ ਗੱਲ 'ਚ ਦੋਸ਼ੀ ਨਿਕਲਦਾ ਐ ਤੇ ਸਭ ਤੋਂ ਪਹਿਲਾਂ ਉਥੋਂ ਦੇ ਸੀਐਮ ਜਿਹੜੇ ਨੇ ਸ਼੍ਰੀ ਕੇਜਰੀਵਾਲ ਜੀ ਉਹਨੂੰ ਸ਼ੈਟਰ ਕਰਦੇ ਨੇ ਅੱਜ ਇੱਕ ਆਈਐਸ ਆਫੀਸਰ ਐ ਜਿਹੜਾ ਕਰਪਸ਼ਨ ਦੇ ਚਾਰਜੇ ਦੇ ਵਿੱਚ ਜਿਹੜਾ ਘੁਟਾਲੇ ਦੇ ਚਾਰਜੇ ਦੇ ਵਿੱਚ ਅੱਜ ਸੀਬੀਆਈ ਨੇ ਜਿਹਦੇ ਉੱਤੇ ਰੇਡ ਕੀਤੀ ਐ ਜੇ ਅੱਜ ਉਹਨੂੰ ਬਚਾਉਣ ਵਾਸਤੇ ਸਭ ਤੋਂ ਸਾਹਮਣੇ ਆਏ ਐ ਤੋ ਆਮ ਆਦਮੀ ਪਾਰਟੀ ਦੇ ਸੀਐਮ ਜਿਹੜੇ ਦਿੱਲੀ ਦੇ ਨੇ ਕੇਜਰੀਵਾਲ ਜੀ ਸਾਹਮਣੇ ਆਏ ਨਹੀਂ ਇੱਥੇ ਪੰਜਾਬ ਦੇ ਅੰਦਰ ਜੋ ਇਹਨਾਂ ਦੀ ਲੀਡਰਸ਼ਿਪ ਕਰ ਰਹੀ ਐ ਪਕਵਨ ਤਾਂ ਮਾਨ ਜੀ ਜੋ ਕਰ ਰਹੇ ਨੇ ਜਾਂ ਹੋਰ ਜੋ ਪਿਸ਼ ਕਰ ਰਹੇ ਬੇਸਿਕਲੀ ਸਵਾਲ ਇਹ ਹੈ ਕਿ ਅਸੀਂ ਇਥੇ ਇਥੇ ਇਹਨਾਂ ਨੂੰ ਬੇਨਤੀ ਕਰਦੇ ਹਾਂ ਤੁਸੀਂ ਆਓ ਔਰ ਲੜੀਏ ਆਪਾਂ ਖਡੂਰ ਸਾਹਿਬ ਦੀ ਇਲੈਕਸ਼ਨ ਲੜੀਏ ਨਾਲੇ ਪਤਾ ਲੋਕੋ ਸਾਰਾ ਕੁਝ ਤੁਹਾਡਾ ਤਰਕ ਕੀ ਹੈ ਤੁਸੀਂ ਖਡੂਰ ਸਾਹਿਬ ਇਲੈਕਸ਼ਨ ਕਿਉਂ ਨਹੀਂ ਲੜ ਰਹੀ ਦੇਖੋ ਅਸੀਂ ਸਾਡੀ ਪਾਰਟੀ ਦਾ ਜਿਹੜਾ ਮਕਸਦ ਹੈ ਉਹ ਰਾਜਨੀਤੀ ਦੇ ਵਿੱਚ ਬਦਲਾਅ ਲਾਉਣ ਦਾ ਹੈ ਬਦਲਾਅ ਕਿਸ ਤਰ੍ਹਾਂ ਦਾ ਕਿ ਪਰਿਵਾਰਵਾਦ ਨਹੀਂ ਹੋਣਾ ਚਾਹੀਦਾ ਇੱਥੇ ਦੋਨੋਂ ਪਾਰਟੀਆਂ ਦੇ ਵਿੱਚ ਇੱਕ ਇੱਕ ਪਰਿਵਾਰ ਕੇ ਤਿੰਨ ਤਿੰਨ ਚਰਚਰ ਮੈਂਬਰ ਕੋਈ ਮਨਿਸਟਰ ਬਣਾ ਹੋਇਆ ਹੈ ਕੋਈ ਐਮਐਲਏ ਬਣਾ ਹੋਇਆ ਕੋਈ ਕੁਝ ਬਣਾ ਹੋਇਆ ਦੂਸਰਾ ਦੋਨੋਂ ਪਾਰਟੀਆਂ ਦੇ ਵਿੱਚ ਪੈਸੇ ਵਾਲੇ ਬੰਦਿਆਂ ਦਾ ਬੋਲਬਾਲਾ ਹੈ ਇੱਕ ਆਮ ਆਦਮੀ ਚਾਹ 30 ਸਾਲ 35 ਸਾਲ ਝੋਲਾ ਲੈ ਕੇ ਲੋਕਾਂ ਦੀ ਸੇਵਾ ਕਰਦੇ ਰਹੇ ਉਹਦੀ ਕੋਈ ਕਦਰ ਨਹੀਂ ਹੈ ਇਸੇ ਤਰ੍ਹਾਂ ਇਹ ਲੋਕ ਆਮ ਬੰਦੇ ਤੋਂ ਅਲੱਗ ਹੁੰਦੇ ਜਾ ਰਹੇ ਹਨ ਇਸ ਬਦਲਾਅ ਨੂੰ ਨਾਲ ਲਈ ਸਾਨੂੰ ਜੇ ਇੱਕ ਸੀਟ ਅਸੀਂ ਜੀਤ ਵੀ ਜਾਂਦੇ ਹਾਂ ਜਾਂ ਹਾਰ ਜਾਂਦੇ ਹਾਂ ਉਸ ਨਾਲ ਅਸੀਂ ਆਪਣਾ ਮਕਸਦ ਬਦਲਾਵ ਦਾ ਪੂਰਾ ਨਹੀਂ ਕਰ ਸਕਦੇ ਪਰ ਵੀਵ ਤੇ ਕਿਤੇ ਨਾ ਕਿਤੇ ਬਣ ਜਾਂਦੀ ਹੈ ਨਾ ਜੀ ਮੇਰੀ ਸੋਚ ਆਪਾਂ ਕੱਲ ਵੀ ਡਿਬੇਟ ਦੀ ਗੱਲ ਕਰ ਰਹੇ ਸੀ ਜੀ ਯੂਨੀਵਰਸਿਟੀ ਚੈਨਲ 'ਤੇ ਇੱਕ ਦੜਵਾ ਇਲੈਕਸ਼ਨ ਦੀ ਉਹਨੇ ਕਾਲੀ ਪਾਰਟੀ ਉਹਦਾ ਉਹਦਾ ਜਵਾਬ ਵੀ ਮੈਂ ਦਿੰਦਾ ਹਨਾ ਸੋ ਕਈ ਵਾਰੀ ਬਾਈ ਇਲੈਕਸ਼ਨ ਤੁਹਾਡੀ ਦੂਸਰੀ ਵੀ ਬਣਾ ਦਿੰਦਾ ਦੂਸਰੀ ਚੀਜ਼ ਹਮ ਮੈਂ ਹਮੇਸ਼ਾ ਇਸ ਚੀਜ਼ ਨੂੰ ਕਹਿੰਦਾ ਹਮ ਕਿ ਇਹ ਜਿਹੜਾ ਬਾਈ ਇਲੈਕਸ਼ਨ ਹੈ ਹਮ ਇਹ ਅਕਾਲੀ ਪਾਰਟੀ ਔਰ ਭਾਜਪਾ ਨੇ ਨਹੀਂ ਲੜਨਾ ਹਮ ਇਹ ਪੰਜਾਬ ਗਵਰਨਮੈਂਟ ਨੇ ਲੜਨਾ ਹੈ ਦੂਜੇ ਪਾਸੇ ਕੈਪਟਨ ਰਮਿੰਦਰ ਸਿੰਘ ਨਵਾਂ ਨਵਾਂ ਪ੍ਰਧਾਨ ਬਣਾ ਉਸਨੇ ਆਪਣੀ ਸਾਖ ਨੂੰ ਕਾਇਮ ਕਰਨ ਲਈ ਸੌ ਤਰ੍ਹਾਂ ਦੇ ਹਤਕੰਡੇ ਪੈਸੇ ਦਾ ਇਸਤੇਮਾਲ ਬਾਕੀ ਹੋਰ ਚੀਜ਼ਾਂ ਕਰਨੀਆਂ ਨੇ ਦੋਨੋਂ ਪਾਰਟੀਆਂ ਨੇ ਡਰਟੀ ਪੋਲਿਟਿਕਸ ਖੇਲਣੀ ਹੈ ਇਸ ਬਾਈ ਇਲੈਕਸ਼ਨ ਦੇ ਵਿੱਚ ਅਸੀਂ ਉਸ ਡਰਟੀ ਪੋਲਿਟਿਕਸ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਅਸੀਂ ਆਪਣੇ ਆਪ ਨੂੰ ਉਸ ਡਰਟੀ ਪੋਲਿਟਿਕਸ ਦੇ ਬਾੜ ਕੇ اپنی امیਜ ਨੂੰ ਖਰਾਬ ਨਹੀਂ ਕਰਨਾ 2017 ਦੇ ਵਿੱਚ ਵੀ ਤੇ ਇਹੀ ਬੰਦੇ ਲੱਗੇ 2002 2000 2017 ਦੇ ਵਿੱਚ ਜਦੋਂ ਇਲੈਕਸ਼ਨ ਹੋਣਾ ਹੈ ਜਨਰਲ ਇਲੈਕਸ਼ਨ ਹੋਣਾ ਹੈ ਉਸ ਵੇਲੇ ਨਾ ਤਾਂ ਰੂਲਿੰਗ ਪਾਰਟੀ ਦਾ ਦਬਦਬਾ ਰਹਿਣਾ ਹੈ ਹਮਮ ਔਰ ਨਾ ਹੀ ਪੈਸੇ ਚੱਲਨੇ ਹੈ ਕਾਂਗਰਸ ਪਾਰਟੀ ਦੇ ਔਰ ਕਾਂਗਰਸ ਪਾਰਟੀ ਦੀ ਤੁਸੀਂ ਗੱਲ ਕਰਦੇ ਹੋ ਨਹੀਂ ਬਸ ਨਹੀਂ ਸੁਣੋ ਬਲਦੀ ਸਾਹਿਬ ਨੇ ਕਿਹਾ ਕਿ ਸਾਰੇ ਧੜੇ ਇਕੱਠੇ ਹੋਗੇ ਸੀ ਇੱਕ ਚੀਜ਼ ਤੋਂ ਇਹ ਮੰਨਦੇ ਆ ਤੁਸੀਂ ਵੀ ਮੰਨਦੇ ਹੋ ਕਿ ਇਨਾ ਦੇ ਧੜੇ ਹੈ ਜੇ ਧੜੇ ਨਾ ਹੁੰਦੇ ਤਾਂ ਇਕੱਠੇ ਨਾ ਹੁੰਦੇ ਜੇ ਧੜੇ ਹੈ ਤੇ ਅੱਜ ਇਕੱਠੇ ਹੋਗੇ ਕੱਲ ਨੂੰ ਇਕੱਠੇ ਨਹੀਂ ਹੋਏ ਜਿਸ ਤਰ੍ਹਾਂ ਵਲਟੋਆ ਸਾਹਿਬ ਨੇ ਕਿਹਾ ਇਸ ਚੀਜ਼ ਦੀ ਕੀ ਕਰੀ ਚਲੋ ਮੈਂ ਆਖਰੀ ਇੱਕ ਇੱਕ ਮਿੰਟ ਆਪਣੇ ਕੋਲੇ 3 ਮਿੰਟ ਬੱਲੀ ਜੀ ਆਖਰੀ ਬਚੇ ਮੈਂ ਇੱਕ ਇੱਕ ਮਿੰਟ ਆਖਰੀ ਕਮੈਂਟ ਲੈਣਾ ਦੇਖੋ ਇਹ ਜਿਹੜੀਆਂ ਰੈਲੀਆਂ ਹੁੰਦੀਆਂ ਨੇ ਇਹ ਠੀਕ ਹੈ ਇੱਕ ਮੋਰਲ ਬੂਸਟਿੰਗ ਦਾ ਕੰਮ ਕਰਦੀ ਨੇ ਪਰ ਇਹ ਵੋਟ ਬੈਂਕ ਚ ਕਨਵਰਟ ਹੋ ਜੂ ਰੈਲੀਆਂ ਦਾ ਇਮਪ੍ਰੈਸ਼ਨ ਇੱਕ ਕੋਈ ਗਾਰੰਟੀ ਨਹੀਂ ਹੈਗੀ ਤੇ ਕੀ ਜਿਹੜਾ ਅਕਾਲੀ ਦਲ ਦਾ ਜਿਹੜਾ ਜਿਹੜੇ ਅਕਸ ਬਣਿਆ ਸੀ ਜਾਂ ਪ੍ਰਭਾਵ ਬਣਿਆ ਸੀ ਸਿੱਖ ਮੁੱਦੇ 'ਤੇ ਕਿਸਾਨ ਮੁੱਦੇ 'ਤੇ ਜਾਂ ਗਵਰਨੈਂਸ ਦੇ ਮੁੱਦਿਆਂ 'ਤੇ ਜਿਹੜਾ ਗਰਾਫ ਡਾਊਨ ਗਿਆ ਸੀ ਇਹਨਾਂ ਦਾ ਕੀ ਰਿਵਾਈਵ ਹੋ ਗਿਆ ਇਹ ਵੀ ਅਜੇ ਸਵਾਲ ਖੜਾ ਹੈ ਕਿ ਉਹਨਾਂ ਦੇ ਤੇ ਵੋਟ ਬੈਂਕ 'ਚ ਚੋਟਾਲਾ ਸਾਹਿਬ ਬਹੁਤ ਅੱਛੇ ਰੈਲੀਆਂ ਕਰਦੇ ਉਹਦੀ ਚੋਟਾਲੇ ਵਰਗੀਆਂ ਰੈਲੀਆਂ ਨਹੀਂ ਕਿਸੇ ਦੀ ਹੋਈਆਂ ਮੋਦੀ ਜੀ ਨੇ ਬਿਹਾਰ 'ਚ ਬਹੁਤ ਵੱਡੀਆਂ ਵੱਡੀਆਂ ਰੈਲੀਆਂ ਕੀਤੀਆਂ ਤੇ ਫਿਰ ਰਿਜ਼ਲਟ ਦੇਖ ਲਓ ਸੋ ਇਹ ਤਾਂ ਨਹੀਂ ਹੈਗਾ ਦੂਜੀ ਜਿਹੜੀ ਜਿਹੜੀ ਬਾਈ ਇਲੈਕਸ਼ਨ ਦੀ ਗੱਲ ਹੈ ਉਹਦੇ ਚ ਜਿਹੜੀ ਰੂਲਿੰਗ ਪਾਰਟੀ ਹਮੇਸ਼ਾ ਹੀ ਉਹਦਾ ਉਹਨੂੰ ਐਡਵਾਂਟੇਜ ਹੁੰਦਾ ਹੈ ਤੇ ਉਹਦੇ ਵਾਸਤੇ ਚੈਲੰਜ ਵੀ ਹੈਗਾ ਤੇ ਬਾਕੀ ਉੱਥੇ ਲੋਕਲ ਮਾਹੌਲ ਤੇ ਡਿਪੈਂਡ ਕਰਦਾ ਇਹਦੇ ਇਹਨਾਂ ਦਾ ਡੀਪੀਲ ਬੇਸ ਹੈ ਮੈਂ ਕਹਿੰਦਾ ਹੈ ਅ ਵਿਜੀਪਾਲ ਦੀ ਜਿਹੜੀਆਂ ਰੈਲੀਆਂ ਹੋਈਆਂ ਨੇ ਜਿਸ ਤਰ੍ਹਾਂ ਅੱਜ ਤੋਂ 2 ਮਹੀਨੇ ਪਹਿਲਾਂ ਜਾਂ 1.5 ਮਹੀਨਾ ਮਹੀਨਾ ਪਹਿਲਾਂ ਦੀ ਗੱਲ ਤੁਸੀਂ ਕਰ ਲਓ ਜੋ ਪੰਜਾਬ ਦਾ ਮਾਹੌਲ ਸੀ ਤੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਚਰਚਾ ਕੀਤੀ ਜਾਂਦੀ ਸੀ ਉਸ ਚਰਚਾ ਨੂੰ ਠੱਲ ਪਾਉਣ ਵਾਸਤੇ ਲੋਕਾਂ ਨੂੰ ਦੱਸਣ ਵਾਸਤੇ ਵੀ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਦੀ ਤਰ੍ਹਾਂ ਹੀ ਮਜ਼ਬੂਤ ਹੈ ਔਰ ਉਹ ਮਜ਼ਬੂਤ ਪਹਿਲਾਂ ਦੀ ਤਰ੍ਹਾਂ ਨਹੀਂ ਉਸ ਤੋਂ ਵੱਧ ਹੋ ਕੇ ਮਜ਼ਬੂਤ ਹੋ ਕੇ ਨਿਕਲਿਆ ਹੈ ਅੱਜ ਪੰਜਾਬ ਦੇ ਅੰਦਰ ਵਿਰੋਧੀ ਵੀ ਇਹ ਗੱਲ ਕਰਦੇ ਨੇ ਚਲੋ ਅਗਲੇ ਦਿਨਾਂ ਹੀ ਤੁਹਾਡੇ ਲਈ ਖਡੂਰ ਸਾਹਿਬ ਵਿਰੋਧੀ ਵੀ ਗੱਲ ਕਰਦੇ ਨੇ ਸਾਡੇ ਲਈ ਚੈਲੰਜ ਚੈਲੰਜ ਮੰਨਦੇ ਨੇ ਅਸੀਂ ਚੈਲੰਜ ਸਾਰਿਆਂ ਨੂੰ ਕਰਦੇ ਆਓ ਜਿਹੜੀ ਪਟਿਆਲੇ ਦੀ ਜਿਵੇਂ ਹੁਣ ਮਿਸਾਲ ਦੇ ਤੌਰ ਤੇ ਪਟਿਆਲੇ ਦੀਆਂ ਦੋਵੇਂ ਜਿਹੜੀਆਂ ਚੋਣਾਂ ਨੇ ਮਤਲਬ ਆ ਜਿਹੜੀ ਦੋਵੇਂ ਚੋਣਾਂ ਹਾਰੀਆਂ ਨੇ ਉਹਨੇ ਅਸੈਂਬਲੀ ਵੀ ਤੇ ਪਾਰਲੀਮੈਂਟ ਵੀ ਹੁਣ ਟੈਲਰ ਲਿਖਤੀ ਹੈ ਹੁਣ ਉਦੋਂ ਟੈਸਟ ਹੋਏਗਾ ਜਦੋਂ ਉਹ ਚੋਣਾਂ ਦੁਆਰਾ ਹੋਣਗੀਆਂ ਫਿਰ ਇਸ ਕਰਕੇ ਉਹ ਉਹ ਜਿਹੜਾ ਜਨਰਲ ਇਲੈਕਸ਼ਨ ਦੇ ਵਿੱਚ ਰੈਲੀਆਂ ਮਤਲਬ ਕੋਈ ਪਮਾਨਨ ਉਦੋਂ ਪਤਾ ਲੱਗਦਾ ਹੈ ਅਸਲ ਚ ਨਹੀਂ ਪਹਿਲਾਂ ਵੇਵ ਜਿਹੜੀ ਹੈ ਕਈ ਵਾਰੀ ਉਸ ਵੇਵ ਦਾ ਫਰਕ ਤੇ ਪੈਂਦਾ ਹੈ ਚਾਹੇ ਬਾਈ ਇਲੈਕਸ਼ਨ ਹੀ ਹੈ ਤੁਸੀਂ ਉਹ ਤੁਹਾਨੂੰ ਕੋਈ ਕਰ ਦਿੰਦੀ ਹੈ ਮੈਂ ਉਹਦਾ ਫਰਕ ਪੈਂਦਾ ਜਿਵੇਂ ਮੈਂ ਕਿਹਾ ਮਾਹੌਲ ਇਹਨਾਂ ਨੇ ਆਪਣੇ ਮੈਂ ਬਰਾਂਡ ਸਾਹਿਬ ਕਹਾਂ ਆਖਰੀ ਕਮੈਂਟਸ ਇੱਕ ਲਾਈਨ ਹਾਂ ਆਖਰੀ ਮੈਂ ਕਮੈਂਟਰੀ ਦੱਸਦਾ ਕਿ ਇਹਨਾਂ ਰੈਲੀਆਂ ਕੋਈ ਕਿਸੇ ਤਰ੍ਹਾਂ ਦੀ ਵੇਵ ਨਹੀਂ ਬੰਡੀ ਹਮਮ ਔਰ ਜਿਹੜੇ ਇਹਨਾਂ ਨੇ ਐਲਾਨ ਕਰਦੇ ਆ ਪਾਵੇਂ ਅਕਾਲੀ ਪਾਰਟੀ ਕਰਦੀ ਹੈ ਜਾਂ ਕਾਂਗਰਸ ਪਾਰਟੀ ਕਰਦੀ ਹੈ ਜਿੱਤੇ ਤੱਕ ਇਹ ਐਲਾਨ ਲੋਕਾਂ ਦੇ ਹਿਤ ਵਿੱਚ ਹੈ ਲੋਕਾਂ ਨੂੰ ਫਾਇਦਾ ਹੀ ਨਾ ਦਿਲਦਾ ਅਸੀਂ ਇਸ ਨੂੰ ਵੈਲਕਮ ਕਰਦੇ ਆ ਪਰ ਅਸੀਂ ਲੋਕਾਂ ਨੂੰ ਇਹ ਵੀ ਕਹਿੰਦੇ ਆ ਕਿ ਇਹ ਝੂਠ ਬੋਲਦੇ ਆ ਪਹਿਲੇ ਵੀ ਬੋਲਦੇ ਰਹੇ ਇਹਨਾਂ ਦਾ ਵਿਸ਼ਵਾਸ ਨਾ ਕਰਿਓ ਅਸੀਂ ਬਿਲੀਵ ਕਰਦੇ ਆ ਪ੍ਰਿੰਸੀਪਲ ਦੇ ਪੋਲਿਟਿਕਸ ਦੇ ਪਰ ਕਿ ਵਾਅਦੇ ਕਰੋ ਔਰ ਮੇਨਟੇਨ ਕਰੋ ਉਸਦੇ ਲਈ ਬਹੁਤ ਮਿਹਨਤ ਨਹੀਂ ਸੁਣੋ ਪੋਲਿਟিক্যাল ਪਾਰਟਿਸ ਆ ਗਏ ਉਹਦੇ ਲਈ ਫਿਰ ਇੱਕ ਦਾ ਨਾ ਕਰੋ ਦੂਸਰੇ ਦਾ ਨਾ ਕਰੋ ਫਿਰ ਤੀਸਰੇ ਦਾ ਉਹਦੇ ਨਹੀਂ ਵਾਅਦੇ ਕਰਨ ਲਈ ਬਹੁਤ ਸੋਚ ਸਮਝ ਕੇ ਇੱਕ ਰੋਡ ਮੈਪ ਬਣਾਉਣਾ ਪੈਂਦਾ ਉਹ ਮੋੜ ਇਸ ਟਾਈਮ ਲੱਗਦਾ ਹੈ ਸਭ ਕੁਝ ਹੁੰਦੀ ਹੈ ਇਹ ਨਹੀਂ ਕਿ ਇਹ ਇਹ ਨਹੀਂ ਕਿ ਤੁਸੀਂ ਬੈਠ ਕੇ ਔਰ ਲੋਕਾਂ ਨੂੰ ਤਾੜੀ ਬਜਾਣ ਲਈ ਐਲਾਨ ਕਰ ਦੋ ਤੇ ਹੋ ਗਿਆ ਕੰਮ ਚਲੋ ਮੈਂ ਮੇਰੇ ਕੋਲ ਸਮਾ ਕਪਲਟਵਾ ਸਾਹਿਬ ਟਾਈਮ ਬਹੁਤ ਘੱਟ ਹੋ ਗਿਆ ਜੀਪਾਲ ਜੀ ਮੈਂ ਆਖਰੀ 30 ਇੱਕੋ ਗੱਲ ਮੇਰੀ ਮੈਨੂੰ ਇਸ ਗੱਲ ਦਾ ਭਾਰਤਵਾ ਸਾਹਿਬ ਅੱਜ ਨਹੀਂ ਕੱਲੇ ਕਿਤੇ ਸੈਗਮੈਂਟ ਚ ਕਿਤੇ ਚਰਚਾ ਕਰਾਂਗੇ ਉਸ ਦਾ ਜਵਾਬ ਦੇ ਦੇਣ ਇਹਨਾਂ ਕਿਹਾ ਸੀ ਕਿ ਅਸੀਂ ਸਿਆਸਤ ਬਦਲਣ ਵਾਸਤੇ ਆਏ ਤੇ ਐਮਐਲਏ ਦੀਆਂ ਤਨਖਾਹ 2 ਲੱਖ ਕਿਤੇ ਹਿੰਦੁਸਤਾਨ ਚ ਕਿਸੇ ਐਮਐਲਏ ਦੀ ਹੈਗੀ ਸਾਰਿਆਂ ਨੂੰ ਚੇਅਰਮੈਨ ਬਣਾਦਾ ਸਾਰਿਆਂ ਨੂੰ ਚੀਫ ਪਾਰਲੀਮੈਂਟ ਸੈਕਟਰੀ ਤੇ ਉਹਨਾਂ ਨੂੰ ਐਸ਼ੋਰਾਮ ਵਾਸਤੇ ਕੋਠੀਆਂ ਦੇਤੀਆਂ ਇਹ 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 ਆਮ ਆਦਮੀ ਪਾਰਟੀ ਦਾ ਜਵਾਬ ਹੈ ਇਹਦਾ ਜਵਾਬ ਹੈ ਇਹ ਆਮ ਆਦਮੀ ਪਾਰਟੀ ਹੈ ਕਿ ਇਹਨਾਂ ਦੇ ਮੰਤਰੀਆਂ ਦੇ ਕਰੋੜਾਂ ਰੁਪਏ ਦੇ ਪੈਟਰੋਲ ਦੇ ਜਿਹੜੇ ਬਿੱਲ ਹੁੰਦੇ ਆ ਉਹਨਾਂ ਦੀ ਚੈਕਿੰਗ ਕਰਾ ਲਓ ਕਿ ਉਹ ਵਾਕਈ ਚੱਲਦਾ ਹੈ ਜਾਂ ਇਹ ਪੈਟਰੋਲ ਵੀ ਵੇਚਦੇ ਹੈ ਮਿਨਿਸਟਰ ਇਹਨਾਂ ਦੇ ਮੈਂ ਨਾ ਸਾਰੀ ਕਰਵਾ ਲਵਾਂ ਮੇਰੇ ਭਾਈ ਲੱਖ ਦੀ ਤਨਖਾਹ ਨਾਲ ਹੀ ਕੰਮ ਨਹੀਂ ਬੋਤਾਂ ਹੈਗੀ ਹੈ ਬਰਦਵਾ ਸਾਹਿਬ ਇੱਦਾਂ ਦੀ ਇੱਦਾਂ ਦੀ ਗੱਲ ਕਰੋਗੇ ਜਿੰਨੀ ਤੁਸੀਂ ਕਰੋਗੇ ਉਸ ਤੋਂ ਬਾਅਦ ਮੈਂ ਕਰਾਂਗਾ ਕਿਸੇ ਵੀ ਦੁਬਾਰਾ ਛੇੜਾਂਗੇ ਮਿਲਣਾ ਨੰਗਾ ਹੋ ਗਿਆ ਭਾਰਤਵਾ ਸਾਹਿਬ ਲੋਕਾਂ ਸਾਹਮਣੇ ਸਾਹ ਤਾ ਗਿਆ ਇਹ ਨਾਮ ਤੋਂ ਖਾਸ ਅਚਾਨਕ ਜਿਹੜਾ ਜੋ ਐਸ਼ ਕਰ ਰਹੇ ਨੇ ਜੋ ਤੁਹਾਡੇ ਦਿਲ ਵਿੱਚ ਐਸ਼ ਕਰ ਰਹੇ ਨੇ ਹਾਂਜੀ ਸਾਰੇ ਨੰਗੇ ਚਲੋ ਨੰਗੇ ਛੱਡ ਕੇ ਜੇ ਮੇਰੇ ਖਿਆਲ ਪਤਾ ਨਹੀਂ ਹੋਰ ਹੀ ਤਰ੍ਹਾਂ ਦੇ ਨੰਗੇ ਮੈਨੂੰ 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 ਇੱਥੇ ਇਸੇ ਨੋਟ ਤੇ ਇਸ ਡਿਬੇਟ ਨੂੰ ਖਤਮ ਕਰਨਾ ਪਏਗਾ ਕਿਉਂਕਿ ਹੁਣ ਸਾਡੇ ਕੋਲੇ ਸਮਾਂ ਨਹੀਂ ਅਦਰਵਾਈਜ਼ ਬਹੁਤ ਸਾਰੇ ਸਵਾਲ ਨੇ ਪਰ ਅਗਲੇ ਦਿਨਾਂ ਦੇ ਵਿੱਚ ਪੋਲੀਟੀਕਲ ਡਿਬੇਟ ਇਸੇ ਤਰੀਕੇ ਨਾਲ ਚਲਦੀਆਂ ਰਹਿਣੀਆਂ ਉਹਨਾਂ ਦਿਨਾਂ ਦੇ ਵਿੱਚ ਅਸੀਂ ਫਿਰ ਜਦੋਂ ਵਕ ਵਕ ਸਮੇਂ ਦੇ ਪੋਲੀਟੀਕਲ ਡਿਬੇਟਸ ਹੋਣੀਆਂ ਇਹਨਾਂ ਸਵਾਲਾਂ ਦੇ ਜਵਾਬ ਵੀ ਜ਼ਰੂਰ ਲਵਾਂਗੇ ਅੱਜ ਦੀ ਇਸ ਇਹ ਡਿਬੇਟ ਨੂੰ ਸਾਨੂੰ ਇੱਥੇ ਹੀ ਖਤਮ ਕਰਨਾ ਪਏਗਾ ਔਰ ਅਗਲੇ ਦਿਨਾਂ ਦੇ ਵਿੱਚ ਚੁਣੌਤੀ ਸਭ ਦੇ ਸਾਹਮਣੇ ਆ ਕਿਉਂਕਿ ਹੁਣ ਜਿਹੜਾ ਵੱਡਾ ਇਵੈਂਟ ਹੈ ਉਹ ਸ਼ਾਇਦ ਖਡੂਰ ਸਾਹਿਬ ਜਿਮਨੀ ਚੋਣ ਹੀ ਹੈ ਸਾਹਮਣੇ ਆਉਣੀ ਹੈ ਉਸ ਜਿਮਨੀ ਚੋਣ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਉਸ ਤੇ ਸਾਡੀ ਨਜ਼ਰ ਰਹੇਗੀ ਅੱਜ ਦੀ ਇਸ ਚਰਚਾ ਚ ਇੰਨਾ ਹੀ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਸਟੂਡੀਓ ਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪੀਟੀਸੀ ਨਿਊਜ਼ ਤੇ ਖਬਰਾਂ ਦਾ ਸਿਲਸਲਾ ਲਗਾਤਾਰ ਜਾਰੀ ਰਹੇਗਾ